ਪੰਜਾਬੀ ਭਾਈਚਾਰਾ ਆ ਇਹਦੇ ਕਹਿ ਲਓ ਖਰੇ ਬਲੱਡ ਵਿੱਚ ਆ ਜਾਂ ਕੀ ਗੱਲ ਆ ਕਿ ਇਹ ਜਿਸ ਦਿਨ ਪੈਰ ਪਾਉਂਦੇ ਆ ਇੱਥੇ ਕੈਨੇਡਾ ਦੀ ਧਰਤੀ ਉੱਤੇ ਜਾਂ ਕਿਤੇ ਵੀ, ਸੋ ਪਹਿਲੀ ਗੱਲ ਇਹਨਾਂ ਦੀ ਇਹ ਹੁੰਦੀ ਆ ਕਿ ਅਸੀਂ ਆਪਣਾ ਘਰ ਲੈਣਾ ਚਾਹੀਦਾ ਖੇਤੀ, ਜਿੱਦਾਂ ਮੋਸਟਲੀ ਲੋਕਾਂ ਦੇ ਜਿਹੜੇ ਘਰ ਬਾਰ ਚੱਲੇ ਉਹਨਾਂ ਨੇ ਨਿਆਣੇ ਪੜ੍ਹਾਏ ਹੈਗਾ ਜਾਂ ਉਹਨਾਂ ਦੇ ਵਿਆਹ ਕੀਤੇ ਉਹ ਘਰਾਂ ਦੇ ਸਿਰ ਦੇ ਉੱਤੇ ਕੀਤੇ ਆ। ਜੇ ਆਪਾਂ ਇਹ ਗੱਲ ਕਹਿ ਦਈਏ ਕਿ ਲੋਅਰ ਮੇਨ ਲੈਂਡ ਦੀ ਜਿਹੜੀ ਕੰਸਟਰਕਸ਼ਨ ਮਾਰਕੀਟ ਆ ਉਹ ਉਹਦੀ ਜਿਹੜੀ ਰੇੜ੍ਹ ਦੀ ਹੱਡੀ ਪੰਜਾਬੀ ਹੈਗੇ ਆ, ਅਤੇ ਇਹਦੇ ਵਿੱਚ ਕੋਈ ਅਤਕਥਨੀ ਵਾਲੀ ਗੱਲ ਨਹੀਂ ਹੋ। ਇੱਕ ਪਾਸੇ ਲੋਕ ਜਿਹੜੇ ਆ ਉਹ ਕਿਰਾਏ ਦੇ ਉੱਤੇ ਘਰ ਲੈਣ ਲਈ ਜੂਝ ਰਹੇ ਆ, ਅਤੇ ਦੂਜੇ ਪਾਸੇ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪ੍ਰੋਪਰਟੀਆਂ ਲੈ ਕੇ ਖਾਲੀ ਛੱਡੀਆਂ ਹੋਈਆਂ। ਵੱਡੇ ਘਰ ਲਗਜ਼ਰੀ ਘਰ ਜਿਹੜੇ 4 ਮਿਲੀਅਨ ਦੇ ਸੀਗੇ, 6 ਮਿਲੀਅਨ ਦੇ ਸੀ, 8 ਮਿਲੀਅਨ ਦੇ ਸੀ, ਉਹਨਾਂ ਨੂੰ ਜ਼ਿਆਦਾ ਫਰਕ ਜਿੱਦਾਂ ਆਇਆ। ਉਹਨਾਂ ਵਿੱਚੋਂ ਕਈਆਂ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਮਿਲੀਅਨ ਮਿਲੀਅਨ ਜਾਂ ਦੋ ਦੋ ਤਿੰਨ ਤਿੰਨ ਮਿਲੀਅਨ ਵੀ ਘਟੀਆਂ ਹੈਗੀਆਂ। ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਸਾਡਾ ਫੋਨ ਨੰਬਰ ਸਕਰੀਨ ਦੇ ਉੱਤੇ ਆ ਰਿਹਾ 1-888-9232-6-56। ਤੁਸੀਂ ਫੋਨ ਕਰਕੇ ਆਪਣੀ ਰਾਏ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਇਸ ਵੇਲੇ ਘਰਾਂ ਦੀ ਮਾਰਕੀਟ ਬਾਰੇ, ਜਾਂ ਤੁਹਾਡੀ ਕੀ ਇਹਦੇ ਬਾਰੇ ਜਜਮੈਂਟ ਆ, ਇਹਦਾ ਕੀ ਬਣਨਾ ਆਉਣ ਵਾਲੇ ਸਮੇਂ ਵਿੱਚ। ਗੁਰਪ੍ਰੀਤ ਸਿੰਘ ਸੋਤਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਆਏ ਦਰਸ਼ਕਾਂ ਜੀ ਤੁਹਾਨੂੰ ਅਤੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੋਤਾ ਸਾਹਿਬ, ਇਸ ਵੇਲੇ ਕੀ ਹਾਲਤ ਆ ਘਰ ਲੈਣ ਵਾਲੇ ਲਈ, ਮਾਰਕੀਟ ਠੀਕ ਆ ਕਿ ਵੇਚਣ ਵਾਲੇ ਲਈ? ਉਹਦੇ ਤੋਂ ਪਹਿਲਾਂ ਇੱਕ ਗੱਲ ਜਿਹੜੀ ਹੋਰ ਸਾਂਝੀ ਕਰਨੀ ਬਣਦੀ ਹੈ ਜੀ, ਉਹ ਇਹ ਆ ਕਿ ਘਰ ਲੈਣਾ ਜ਼ਰੂਰੀ ਕਿਉਂ ਆ, ਜਾਂ ਪੰਜਾਬੀ ਜਿਹੜੇ ਆ ਉਹ ਇੰਨਾ ਕਿਉਂ ਸੋਚਦੇ ਆ ਕਿ ਘਰ ਲਈਏ, ਜਾਂ ਇਹ ਸਾਡੇ ਲਈ ਇੰਨਾ ਅਹਿਮ ਮੁੱਦਾ ਕਿਉਂ ਬਣਦਾ ਕਿ ਅਸੀਂ ਵਾਰ ਵਾਰ ਇਹਨਾਂ ਦੇ ਉੱਤੇ ਇਸ ਮੁੱਦੇ ਦੇ ਉੱਤੇ ਗੱਲਾਂ ਕਰੀਏ। ਅਤੇ ਜਿਹੜਾ ਈਵਨ ਮੇਨ ਸਟ੍ਰੀਮ ਮੀਡੀਆ ਜਾਂ ਸਪੈਸ਼ਲੀ ਜਿਹੜਾ ਪੰਜਾਬੀ ਮੀਡੀਆ ਆ, ਇਹ ਅਕਸਰ ਘਰਾਂ ਦੇ ਬਾਰੇ ਹੀ ਗੱਲਾਂ ਕਿਉਂ ਕਰਦਾ ਰਹਿੰਦਾ ਆ, ਅਤੇ ਜਾਂ ਸਾਡੇ ਲੋਕ ਜਿਹੜੇ ਉਹ ਇੰਨੀ ਦਿਲਚਸਪੀ ਦੇ ਨਾਲ ਕਿਉਂ ਪੁੱਛਦੇ ਆ ਕਿ ਘਰਾਂ ਦੀ ਮਾਰਕੀਟ ਦਾ ਕੀ ਬਣਨਾ। ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਲੋਕ, ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਇੱਥੇ ਵੱਸਦੇ ਆ। ਜੇ ਆਪਾਂ ਇਕੱਲੀ ਸਰੀ ਦੀ ਗੱਲ ਕਰੀਏ ਤਾਂ ਇੱਥੇ 104 ਭਾਸ਼ਾਵਾਂ ਬੋਲੀਆਂ ਜਾਂਦੀਆਂ, ਸੋ ਜਿਹਦਾ ਮਤਲਬ ਕਿ 104 ਤੋਂ ਵੱਧ ਕਮਿਊਨਿਟੀਜ਼ ਦੇ ਲੋਕ ਜਿਹੜੇ ਇੱਥੇ ਰਹਿੰਦੇ ਆ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਆ ਜਿਹਨਾਂ ਦਾ ਸੱਭਿਆਚਾਰ ਇਹ ਆ ਕਿ ਉਹ ਘਰ ਨਹੀਂ ਲੈਂਦੇ, ਉਹ ਸਾਰੀ ਉਮਰ ਕਿਰਾਏ ਦੇ ਘਰਾਂ ਦੇ ਵਿੱਚ ਕੱਢਦੇ ਆ, ਜਿਹਨਾਂ ਦੇ ਵਿੱਚ ਮੋਸਟਲੀ ਜਿਹੜੇ ਇੱਥੇ ਪੁਰਾਣੇ ਲੋਕ ਆਏ ਉਹਨਾਂ ਦੇ ਵਿੱਚ ਵੱਡੀ ਗਿਣਤੀ ਹੈਗੀ ਆ। ਕਈ ਇਹੋ ਜਿਹੇ ਜਿਹੜੇ ਚਾਹੁੰਦੇ ਆ ਕਿ ਅਸੀਂ ਘਰ ਲਈਏ, ਪਰ ਉਹ ਸਾਰੀ ਉਮਰ ਆਪਣੇ ਬੱਚਿਆਂ ਲਈ ਜਾਂ ਆਪਣੇ ਪਰਿਵਾਰ ਦੇ ਨਿਰਵਾਹ ਦੇ ਵਿੱਚ ਇੰਨਾ ਖਰਚਾ ਕਰ ਦਿੰਦੇ ਆ ਕਿ ਉਹਨਾਂ ਦੇ ਕੋਲ ਘਰ ਲੈਣ ਲਈ ਪੈਸੇ ਨਹੀਂ ਜੁੜਦੇ। ਪਰ ਜਿਹੜਾ ਇੱਕ ਪੰਜਾਬੀ ਭਾਈਚਾਰਾ ਆ, ਇਹਦੇ ਕਹਿ ਲਓ ਖਰੇ ਬਲੱਡ ਵਿੱਚ ਆ ਜਾਂ ਕੀ ਗੱਲ ਆ ਕਿ ਇਹ ਜਿਸ ਦਿਨ ਪੈਰ ਪਾਉਂਦੇ ਆ ਇੱਥੇ ਕੈਨੇਡਾ ਦੀ ਧਰਤੀ ਉੱਤੇ ਜਾਂ ਕਿਤੇ ਵੀ, ਸੋ ਪਹਿਲੀ ਗੱਲ ਇਹਨਾਂ ਦੀ ਇਹ ਹੁੰਦੀ ਆ ਕਿ ਅਸੀਂ ਆਪਣਾ ਘਰ ਲੈਣਾ ਖੇਤੀ ਦੇ ਖੇਤੀ। ਇਹ ਤੁਸੀਂ ਇਹਨੂੰ ਕੋਈ ਰਿਵਾਜ਼ ਵੀ ਕਹਿ ਸਕਦੇ ਆ, ਦੇਖਾ ਦੇਖੀ ਭੇਡ ਚਾਲ ਵੀ ਕਹਿ ਸਕਦੇ ਹਾਂ, ਪਰ ਇਹ ਗੱਲ 100% ਸਹੀ ਆ ਕਿ ਪੰਜਾਬੀਆਂ ਨੇ ਜਿੰਨਾ ਕੁ ਪੈਸਾ ਇੱਥੇ ਬਣਾਇਆ ਹੈਗਾ ਉਹਦੇ ਵਿੱਚੋਂ ਵੱਡੀ ਰਕਮ ਜਿਹੜੀ ਆ ਉਹ ਘਰਾਂ ਦੀ ਇਕੁਇਟੀ ਦੇ ਵਿੱਚੋਂ ਉਹਨਾਂ ਨੇ ਜੋੜੀ ਆ। ਜਿਹੜੇ ਉਹਨਾਂ ਨੇ ਘਰ ਲਏ ਸੀਗੇ ਉਹ ਘਰ ਮਹਿੰਗੇ ਹੋਣ ਕਰਕੇ ਉਹਨਾਂ ਦੀ ਜਿਹੜੀ ਤਰੱਕੀ ਹੋਈ ਆ ਆਰਥਿਕ, ਜਿਹੜੀ ਜਾਇਦਾਦ ਲਈ ਸੀ ਵੱਧ ਗਈ, ਉਹਦੇ ਕਰਕੇ ਉਹਨਾਂ ਦੀ ਪ੍ਰੋਪਰਟੀਆਂ ਬਣੀਆਂ। ਬਹੁਤ ਥੋੜ੍ਹੇ ਬੰਦੇ ਆ ਜਿਨ੍ਹਾਂ ਨੇ ਕੋਈ ਬਿਜ਼ਨਸ ਖੋਲ੍ਹ ਲਿਆ ਅਤੇ ਉਹਦੇ ਵਿੱਚੋਂ ਇਨਕਮ ਕਰਕੇ ਫਿਰ ਪੈਸੇ ਬਣਾਏ ਆ, ਜਿੱਦਾਂ ਮੋਸਟਲੀ ਲੋਕਾਂ ਦੇ ਜਿਹੜੇ ਘਰ ਬਾਰ ਚੱਲੇ ਉਹਨਾਂ ਨੇ ਨਿਆਣੇ ਪੜ੍ਹਾਏ ਹੈਗਾ ਜਾਂ ਉਹਨਾਂ ਦੇ ਵਿਆਹ ਕੀਤੇ ਉਹ ਘਰਾਂ ਦੇ ਸਿਰ ਦੇ ਉੱਤੇ ਕੀਤੇ ਆ। ਸੋ ਇਹ ਜਿਹੜੀ ਗੱਲ ਹੈਗੀ ਇਸੇ ਕਰਕੇ ਪੰਜਾਬੀ ਕਮਿਊਨਿਟੀ ਦੇ ਵਿੱਚ ਬੜੀ ਇਹ ਮਹੱਤਵਪੂਰਨ ਲਈ ਜਾਂਦੀ ਹੈ ਕਿ ਘਰ ਜਿਹੜਾ ਆ ਉਹ ਜਲਦੀ ਤੋਂ ਜਲਦੀ ਲਿਆ ਜਾਵੇ, ਫਿਰ ਸਾਡੇ ਪੈਰ ਲੱਗਣੇ ਆ। ਬਹੁਤ ਸਾਰੇ ਬੰਦਿਆਂ ਨੂੰ ਮਿਲੀਦਾ, ਉਹ ਕਹਿੰਦੇ ਸਾਡਾ ਉਹਨਾਂ ਚਿਰ ਚਿੱਤ ਨਹੀਂ ਲੱਗਾ ਇੱਥੇ ਕੈਨੇਡਾ ਆ ਕੇ, ਸਾਨੂੰ ਓਪਰਾ ਓਪਰਾ ਲੱਗਦਾ ਰਿਹਾ, ਜਦੋਂ ਅਸੀਂ ਆਪਣਾ ਘਰ ਲੈ ਲਿਆ ਫਿਰ ਸਾਨੂੰ ਲੱਗਾ ਕਿ ਹਾਂ ਹੁਣ ਸਾਡੀ ਜਿਹੜੀ ਜੜ੍ਹ ਲੱਗ ਗਈ ਹੈ। ਅਤੇ ਦੂਜੀ ਵੱਡੀ ਗੱਲ ਇਹ ਆ ਕਿ ਸਾਡੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਟ੍ਰੇਡਸਮੈਨ ਵਜੋਂ, ਬਿਲਡਰਸ ਵਜੋਂ ਅਤੇ ਹੁਣ ਡਿਵੈਲਪਰਸ ਵੱਲੋਂ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਪੂਰੀ ਤਰ੍ਹਾਂ ਇਨਵੋਲਵ ਆ। ਜੇ ਆਪਾਂ ਇਹ ਗੱਲ ਕਹਿ ਦਈਏ ਕਿ ਲੋਅਰ ਮੇਨ ਲੈਂਡ ਦੀ ਜਿਹੜੀ ਕੰਸਟਰਕਸ਼ਨ ਮਾਰਕੀਟ ਆ ਉਹ ਉਹਦੀ ਜਿਹੜੀ ਰੇੜ੍ਹ ਦੀ ਹੱਡੀ ਪੰਜਾਬੀ ਹੈਗੇ ਆ, ਅਤੇ ਇਹਦੇ ਵਿੱਚ ਕੋਈ ਅਤਕਥਨੀ ਵਾਲੀ ਗੱਲ ਨਹੀਂ ਹੋਊਗੀ। ਸੋ ਇਸ ਕਰਕੇ ਜਿਹੜੀ ਘਰਾਂ ਦੀ ਮਾਰਕੀਟ ਬਾਰੇ ਅਕਸਰ ਸਾਨੂੰ ਜਿਹੜੀ ਗੱਲਬਾਤ ਆ ਉਹ ਕਰਨੀ ਪੈਂਦੀ ਆ, ਅਤੇ ਉਹ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਿੰਦੇ ਹਾਂ। ਹੁਣ ਤੁਹਾਡਾ ਸਵਾਲ ਸੀਗਾ ਕਿ ਘਰਾਂ ਦੀ ਮਾਰਕੀਟ ਦਾ ਹਾਲ ਕੀ ਹੈ ਜੀ। ਘਰਾਂ ਦੀ ਮਾਰਕੀਟ ਦਾ ਹਾਲ ਹਰ ਸ਼ਹਿਰ ਦੇ ਹਿਸਾਬ ਦੇ ਨਾਲ ਡਿਫਰੈਂਟ ਡਿਫਰੈਂਟ ਹੈਗਾ ਜੀ। ਜਿਹੜੇ ਮੈਂ ਥੋੜ੍ਹਾ ਜਿਹਾ ਡੀਲਿਮਿਟ ਕਰ ਲੈਂਦਾ ਇਸ ਗੱਲ ਨੂੰ ਕਿ ਮੰਨ ਲਓ 2018 ਦੇ ਵਿੱਚ ਜਾਂ ਸ਼ੁਰੂ ਤੱਕ ਇੱਕ ਮਾਰਕੀਟ ਬਹੁਤ ਉੱਤੇ ਗਈ, ਇੱਥੇ ਕਿਸੇ ਨੇ ਘਰ ਲੈਣਾ ਸੀ, ਮਲਟੀਪਲ ਆਫਰਸ ਜਾਂਦੀਆਂ ਸੀ, ਉਹਦੇ ਤੋਂ ਬਾਅਦ ਜਾਂ ਤਾਂ ਰੁਕ ਗਈ ਜਾਂ ਥੱਲੇ ਆ ਗਈ, ਉਹ ਤੋਂ ਹੁਣ ਤੱਕ ਦਾ ਜੇ ਸਰੀ ਦੇ ਵਿੱਚ ਦੇਖਿਆ ਜਾਵੇ ਤਾਂ ਕੀ ਟ੍ਰੈਂਡ ਆ? ਦੇਖੋ ਇਸ ਤਰ੍ਹਾਂ ਹੈਗੀ ਕਿ 2016-17 ਦੇ ਵਿੱਚ ਮਾਰਕੀਟ ਜਿਹੜੀ ਆ ਬਹੁਤ ਜ਼ਿਆਦਾ ਤਾਂ ਸੀਗੀ ਜੀ ਜੀ, ਅਤੇ ਓਪਨ ਹਾਊਸਿਸ ਲੱਗਦੇ ਸੀਗੇ, ਮਲਟੀਪਲ ਆਫਰਸ ਹੁੰਦੀਆਂ ਸੀਗੀਆਂ ਜਿਹਨਾਂ 'ਚ ਬਹੁਤੀਆਂ ਕਈ ਵਾਰ ਕੈਸ਼ ਆਫਰਸ ਹੁੰਦੀਆਂ ਸੀਗੀਆਂ, ਅਤੇ ਇੱਦਾਂ ਲੱਗਣ ਲੱਗ ਪਿਆ ਸੀਗਾ ਕਿ ਘਰ ਜਿਹੜਾ ਮਿਲਣਾ ਹੈ ਨਹੀਂ। ਹਰੇਕ ਬੰਦਾ ਇਹ ਸੋਚਦਾ ਕਿ ਹਰੇਕ ਹਫ਼ਤੇ ਮੇਰਾ ਘਰ ਜਿਹੜਾ ਆ $5,000 ਵਧੀ ਜਾਂਦਾ ਆ, ਅਤੇ ਅਜਿਹਾ ਆਪਾਂ ਦੇਖਿਆ ਵੀ ਹੈਗਾ ਆ, ਬਹੁਤ ਸਾਰਿਆਂ ਲੋਕਾਂ ਨੇ ਫਲਿਪਿੰਗ ਦੇ ਵਿੱਚ ਵੀ ਜਿਹੜੀ ਆ ਉਹ ਕਮਾਈ ਕੀਤੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਇਹ ਜਿਹੜੀ ਘਰਾਂ ਦੀ ਕੀਮਤ ਇੰਨੀ ਵੱਧਦੀ ਜਾ ਰਹੀ ਸੀ ਕਿ ਅਫੋਰਡੇਬਿਲਟੀ ਤੋਂ ਬਾਹਰ ਹੋਣ ਲੱਗ ਪਈ, ਅਤੇ ਸਰਕਾਰ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਜਿੰਨੀ ਲੋਕਾਂ ਦੀ ਆਮਦਨ ਆ
ਉਹਦੇ ਨਾਲੋਂ ਕਿਤੇ ਉਹ ਵੱਧ ਕਰਜ਼ਾ ਚੱਕ ਰਿਹਾ ਆ, ਅਤੇ ਜੇ ਕਿਤੇ ਕੱਲ੍ਹ ਨੂੰ ਖੁਦਾ ਨਾ ਖਾਸਤਾ ਵਿਆਜ ਦਰਾਂ ਵੱਧ ਗਈਆਂ ਜਾਂ ਇਹਨਾਂ ਦੀ ਨੌਕਰੀ ਜਿਹੜੀ ਆ ਉਹਦੇ ਤੋਂ ਕੁਛ ਡਾਲਰ ਘੱਟ ਗਏ, ਘੰਟੇ ਲੱਗਣੋਂ ਘੱਟ ਗਏ, ਜਿਹੜੀ ਇਕਾਨਮੀ ਗਾਹਾਂ ਸਲੋ ਹੋ ਰਹੀ ਆ, ਅਤੇ ਉਹਦੇ ਨਾਲ ਵੀ ਇਹ ਤਾਂ ਕਿਤੇ ਘਰਾਂ ਦੀ ਮਾਰਕੀਟ ਕ੍ਰੈਸ਼ ਨਾ ਹੋ ਜਾਵੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੋਈ ਸੀਗੀ। ਹਾਲਾਂਕਿ ਜਿਹੜੀਆਂ ਕੈਨੇਡੀਅਨ ਬੈਂਕਸ ਆ ਉਹ ਬੜੀ ਦਿਆਨਤਦਾਰੀ ਦੇ ਨਾਲ ਬੜੀ ਸਟਰੋਂਗਲੀ ਸਾਰਾ ਕੁਝ ਦੇਖ ਕੇ ਜਿਹੜਾ ਲੋਨ ਦਿੰਦੀਆਂ, ਪਰ ਫਿਰ ਵੀ ਡਰ ਸੀਗਾ। ਇਸ ਕਰਕੇ ਉਹਨਾਂ ਨੇ ਕੁਝ ਮੇਜਰਸ ਜਿਹੜੀਆਂ ਕੁਝ ਕਦਮ ਚੱਕੇ ਜਿਨ੍ਹਾਂ ਦੇ ਵਿੱਚ ਫੋਰਨ ਬਾਇਰਸ ਟੈਕਸ, ਜਿਹੜਾ ਕਿ ਬਾਹਰੋਂ ਲੋਕ ਘਰ ਇੱਥੇ ਖਰੀਦਣਾ ਚਾਹੁੰਦੇ ਆ ਹੋਰ ਮੁਲਕਾਂ ਦੇ ਵਿੱਚੋਂ, ਇਹਦੇ ਨਾਲ ਸਪੈਕੂਲੇਸ਼ਨ ਟੈਕਸ ਵੀ, ਜੇ ਕਿਸੇ ਬੰਦੇ ਕੋਲ ਇੱਕ ਤੋਂ ਵੱਧ ਪ੍ਰੋਪਰਟੀਜ਼ ਹੈਗੀਆਂ ਤਾਂ ਪ੍ਰੋਪਰਟੀਜ਼ ਉਹ ਖਾਲੀ ਪਈਆਂ, ਉਹਦਾ ਯੂਜ਼ ਹੈ ਨਹੀਂ। ਇੱਕ ਪਾਸੇ ਲੋਕ ਜਿਹੜੇ ਆ ਉਹ ਕਿਰਾਏ ਦੇ ਉੱਤੇ ਘਰ ਲੈਣ ਲਈ ਜੂਝ ਰਹੇ ਆ, ਅਤੇ ਦੂਜੇ ਪਾਸੇ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪ੍ਰੋਪਰਟੀਆਂ ਲੈ ਕੇ ਖਾਲੀ ਛੱਡੀਆਂ ਹੋਈਆਂ ਆ। ਉਹ ਜਿਹੜਾ ਟੈਕਸ ਸਪੈਕੂਲੇਸ਼ਨ ਟੈਕਸ ਲਿਆਂਦਾ ਗਿਆ, ਫਿਰ ਉਸਦੇ ਨਾਲ ਵੀ ਜਿਹੜੀ ਗੱਲ ਨਹੀਂ ਬਣੀ ਇਹ ਤਾਂ ਬੀ ਸੀ ਦੀਆਂ ਗੱਲਾਂ ਹੈਗੀਆਂ। ਉਸ ਤੋਂ ਬਾਅਦ ਕੈਨੇਡਾ ਲੈਵਲ ਦੇ ਉੱਤੇ ਇੱਕ ਸਟ੍ਰੈਸ ਟੈਸਟ ਜਿਹੜਾ ਸਰਕਾਰ ਨੇ ਲਿਆਂਦਾ, ਉਹ ਕੀ ਸੀਗਾ ਕਿ ਸਰਕਾਰ ਨੇ ਦੇਖਿਆ ਕਿ ਜੇ ਮੰਨ ਲਓ ਵੀ ਕੱਲ੍ਹ ਨੂੰ ਇੰਟਰਸਟ ਰੇਟ ਵੱਧ ਜਾਂਦਾ ਆ ਤਾਂ ਲੋਕ ਜਿਹੜੇ ਆ ਫਿਰ ਉਹ ਘਰ ਛੱਡ ਕੇ ਭੱਜਣਗੇ ਜਾਂ ਕੁਆਲੀਫਾਈ ਨਹੀਂ ਕਰਨਗੇ। ਉਹਨਾਂ ਪਹਿਲਾਂ ਹੀ 2% ਐਕਸਟਰਾ ਦੇ ਉੱਤੇ ਦੇਖੀਏ ਵੀ ਜੇ ਕੱਲ੍ਹ ਨੂੰ 2% ਐਕਸਟਰਾ ਵਿਆਜ ਵੱਧ ਜਾਵੇ ਕੀ ਇਹ ਘਰ ਅਫੋਰਡ ਕਰ ਸਕਣਗੇ। ਸੋ ਉਸ ਕਰਕੇ ਜਿਹੜਾ ਸਟ੍ਰੈਸ ਟੈਸਟ ਵਿੱਚ ਸੀਗਾ ਕਿ 2.5% ਜਿਹੜਾ ਉਹਨਾਂ ਨੇ ਮੰਨ ਲਓ ਜੇ ਵਿਆਜ ਹੈਗਾ 2.5% ਤਾਂ 4.5% ਦੇ ਹਿਸਾਬ ਦੇ ਨਾਲ ਕੁਆਲੀਫਾਈ ਕਰਵਾਉਣ ਲੱਗੇ, ਅਤੇ ਉਹ ਸਟ੍ਰੈਸ ਟੈਸਟ ਹਾਲੇ ਤੱਕ ਜਾਰੀ ਆ। ਜਦੋਂ ਤੁਸੀਂ ਇੱਕ ਚੱਲਦੀ ਮਾਰਕੀਟ ਨੂੰ ਸਿੱਟਣ ਦੇ ਵਾਸਤੇ ਇੰਨੇ ਰੱਸੇ ਉਹਦੇ ਗਲ ਵਿੱਚ ਪਾਵੋ ਤਾਂ ਉਹ ਜ਼ਾਹਰ ਹੈਗੀ ਆ ਕਿ ਉਹਨੇ ਡਿੱਗਣਾ ਹੀ ਸੀਗਾ। ਪਰ ਉਹਦਾ ਜਿਹੜਾ ਸਭ ਤੋਂ ਵੱਡਾ ਅਸਰ ਪਿਆ ਉਹ ਲਗਜ਼ਰੀ ਮਾਰਕੀਟ 'ਤੇ ਪਿਆ। ਲਗਜ਼ਰੀ ਮਾਰਕੀਟ ਤੋਂ ਬਾਅਦ ਭਾਵ ਕਿ ਜਿਹੜੇ ਅਮੀਰ ਇਲਾਕੇ ਸੀਗੇ, ਇੱਦਾਂ ਜਿਹੜੇ ਵੱਡੇ ਘਰ ਸੀਗੇ, ਜੇ ਦਰਿਆ ਤੋਂ ਪਰਲਾ ਪਾਸਾ ਸੀਗਾ ਜਿਹੜਾ ਕਿ ਆਪਾਂ ਪੋਰਟ ਕੋਕੋਚਲਮ ਤੋਂ ਸ਼ੁਰੂ ਕਰ ਲਈਏ, ਪੋਰਟ ਕੋਕੋਚਲਮ, ਕੋਕੋਚਲਮ, ਬਰਨਵੀ, ਨਿਊ ਵੈਸਟ, ਇਸ ਤਰ੍ਹਾਂ ਵੈਨਕੂਵਰ, ਨੌਰਥ ਵੈਨਕੂਵਰ, ਵੈਸਟ ਵੈਨਕੂਵਰ ਅਤੇ ਰਿਚਮੰਡ, ਇਹਦੇ ਵਿੱਚ ਪ੍ਰਾਈਸਿਸ ਦੇ ਵਿੱਚ ਕਾਫੀ ਫਰਕ ਪਿਆ ਕਿਉਂਕਿ ਉੱਥੇ ਘਰ ਮਹਿੰਗੇ ਬਹੁਤ ਹੋ ਗਏ ਸੀ। ਜਿਹੜਾ ਸਟੈਂਡਰਡ ਲੋਟ ਜਿਹੜੀ ਸੀਗੀ ਉਹਦੀ ਕੀਮਤ ਵੈਨਕੂਵਰ ਦੇ ਵਿੱਚ 33-40 ਦੀ 14-15-16 ਤੱਕ ਵੀ ਜਾਣੀ ਕਿ ਉਹ ਵਿਕੀਆਂ। ਉਸ ਤੋਂ ਬਾਅਦ ਜਿਹੜਾ ਨਵਾਂ ਘਰ ਸੀਗਾ ਉਹ $25,00,000 ਆਮ ਹੋ ਗਿਆ ਸੀਗਾ। ਪਰ ਜਦੋਂ ਕਿ 97-98 ਦੇ ਵਿੱਚ ਸਰੀ ਅਤੇ ਵੈਨਕੂਵਰ ਦੇ ਵਿੱਚ ਇੰਨਾ ਫਰਕ ਨਹੀਂ ਸੀ ਹੁੰਦਾ, $1,50,000-$1,50,000 ਦਾ ਪ੍ਰਾਈਸ ਹੁੰਦਾ, ਫਰਕ ਹੁੰਦਾ ਸੀ ਘਰ ਦਾ। ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਬਾਹਰੋਂ ਲੋਕ ਜਿਹੜੇ ਆਏ ਉਹਨਾਂ ਨੇ ਫਾਇਦਾ ਕੱਟਣ ਲਈ ਸਪੈਕੂਲੇਸ਼ਨ ਲਈ ਜਿਹੜਾ ਆ ਉਹ ਕੀਮਤਾਂ ਵਧਾਈਆਂ, ਅਤੇ ਉਹਨਾਂ ਨੂੰ ਫਿਰ ਝਟਕਾ ਲੱਗਿਆ। ਹੁਣ ਜਿਹੜੀ ਅੱਜ ਜਿਹੜੀਆਂ ਅਸੈਸਮੈਂਟਸ ਆ ਰਹੀਆਂ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਵੈਨਕੂਵਰ ਦੇ ਵਿੱਚ ਜਿਹੜਾ ਐਵਰੇਜ ਘਰ ਆ ਉਹਦੀ ਕੀਮਤ $2,00,000 ਜਿਹੜੀ ਅਸੈਸਮੈਂਟ ਘੱਟ ਆਈ ਹੈ। ਪਰ ਉਹਦੇ ਵਿੱਚ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਵੱਡੇ ਘਰ ਸੀਗੇ, ਵੱਡੇ ਘਰ ਲਗਜ਼ਰੀ ਘਰ ਜਿਹੜੇ 4 ਮਿਲੀਅਨ ਦੇ ਸੀਗੇ, 6 ਮਿਲੀਅਨ ਦੇ ਸੀ, 8 ਮਿਲੀਅਨ ਦੇ ਸੀ, ਉਹਨਾਂ ਨੂੰ ਜ਼ਿਆਦਾ ਫਰਕ ਜਿੱਦਾਂ ਆਇਆ। ਉਹਨਾਂ ਵਿੱਚੋਂ ਕਈਆਂ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਮਿਲੀਅਨ ਜਾਂ 2-2, 3-3 ਮਿਲੀਅਨ ਵੀ ਘਟੀਆਂ ਹੈਗੀਆਂ, ਪਰ ਉਹਨੂੰ ਤੁਸੀਂ ਆਮ ਮਾਰਕੀਟ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ। ਇੱਕ ਤਾਂ ਉਹਨਾਂ ਦੇ ਜਿਹੜੇ ਬਾਇਰਸ ਸੀਗੇ ਮੋਸਟਲੀ ਫੋਰਨ ਬਾਇਰਸ ਸੀਗੇ, ਦੂਜੀ ਗੱਲ ਉਹ ਆਮ ਬੰਦਾ ਜਿਹੜਾ ਰਹਿਣ ਲਈ ਘਰ ਨਹੀਂ ਲੈਂਦਾ, ਜਿਹੜਾ ਆਮ ਬੰਦਾ ਘਰ ਲੈਂਦਾ ਸੀ ਚਾਹੇ ਉਹ ਵੈਨਕੂਵਰ ਸੀ ਰਿਚਮੰਡ ਸੀ, ਉਹਦੀ ਕੀਮਤ ਵਿੱਚ ਅਸੈਸਮੈਂਟ ਦੇ ਹਿਸਾਬ ਨਾਲ ਐਵਰੇਜ $2,00,000 ਜਿਹੜਾ ਘਟਿਆ ਆ, ਜਦੋਂ ਕਿ ਜਿਹੜੇ ਉੱਥੇ ਬਿਲਡਰਸ ਘਰ ਬਣਾ ਰਹੇ ਸੀਗੇ, ਡਿਵੈਲਪਰਸ ਬਣਾ ਰਹੇ ਸੀਗੇ, ਉਹ 5-5 ਲੱਖ ਦਾ ਪ੍ਰੋਫਿਟ ਲੈ ਕੇ ਚੱਲ ਰਹੇ ਸੀਗੇ। ਸੋ ਉੱਥੇ ਜ਼ਰੂਰ ਫਰਕ ਪਿਆ। ਪਰ ਜਦੋਂ ਆਪਾਂ ਸਰੀ ਵੱਲ ਨੂੰ ਆਉਂਦੇ ਹਾਂ ਇਸ ਗੱਲ ਨੂੰ ਲੈ ਕੇ, ਸਰੀ ਦੇ ਵਿੱਚ ਹੁਣ ਅੱਜ ਵੀ ਜਿਹੜੀ ਰਿਪੋਰਟ ਆਈ ਆ, ਕੱਲ੍ਹ ਆਈ ਆ ਸੋਰੀ, ਉਹਦੇ ਵਿੱਚ ਇਹ ਕਿਹਾ ਕਿ ਜਿੰਨੇ ਇਮੀਗ੍ਰੈਂਟ ਕੈਨੇਡਾ ਦੇ ਵਿੱਚ ਆ ਰਹੇ ਉਹਨਾਂ ਵਿੱਚੋਂ ਸਭ ਤੋਂ ਵੱਧ ਜਿਹੜੇ ਆ ਉਹ ਬੀ ਸੀ ਦੇ ਵਿੱਚ ਆ ਕੇ ਰਹਿਣਾ ਪਸੰਦ ਕਰ ਰਹੇ, ਅਤੇ ਬੀ ਸੀ ਦੇ ਵਿੱਚੋਂ ਗਾਂਹ ਜਿਹੜੇ ਆ ਰਹੇ ਉਹ ਸਰੀ, ਡੈਲਟਾ, ਲੈਂਗਲੀ ਅਤੇ ਐਵਰਸਪੋਰਟ ਦੇ ਵਿੱਚ, ਕਿਉਂਕਿ ਇਹ ਅਫੋਰਡੇਬਲ ਆ। ਜਿਸ ਵੇਲੇ ਵੈਨਕੂਵਰ ਦੇ ਵਿੱਚ ਜਿਹੜਾ ਘਰ ਸੀਗਾ ਢਹਿਣ ਵਾਲਾ ਘਰ ਜਿਹਨੂੰ ਆਪਾਂ ਕਹਿ ਸਕਦੇ ਹਾਂ 15 ਲੱਖ ਜਾਂ 16 ਲੱਖ ਦੇ ਲਾਗੇ ਚਲੇ ਗਿਆ ਸੀਗਾ, ਉਸ ਵੇਲੇ ਸਰੀ ਡੈਲਟਾ ਦੇ ਵਿੱਚ ਉਹੀ ਘਰ 8-8.5 ਬੜੀ ਹੱਦ 9 ਤੱਕ ਸੀਗਾ। ਸੋ ਇਸ ਕਰਕੇ ਬਹੁਤੇ ਲੋਕ ਜਿਹੜੇ ਆ ਫਸਟ ਟਾਈਮ ਬਾਇਰ ਜਿਹੜੇ ਇੱਥੇ ਰਹਿਣ ਨੂੰ ਚੂਜ਼ ਕਰ ਰਹੇ ਸੀਗੇ, ਅਤੇ ਸਰੀ ਦੇ ਵਿੱਚ ਮਾਰਕੀਟ ਨੂੰ ਉਸ ਕਰਕੇ ਫਰਕ ਨਹੀਂ ਪਿਆ ਕਿਉਂਕਿ ਇੱਕ ਤਾਂ ਉੱਥੇ ਲੋਕ ਜਿਹੜੇ ਆ ਉਹ ਲਗਾਤਾਰ ਆਉਂਦੇ ਰਹੇ, ਅਤੇ ਦੂਜੀ ਗੱਲ ਸਟ੍ਰੈਸ ਟੈਸਟ ਜਿਹੜਾ ਆ ਉਹਨੇ ਬਹੁਤ ਸਾਰੇ ਲੋਕਾਂ ਦੇ ਹੱਥ ਬੰਨ੍ਹ ਦਿੱਤੇ। ਫੋਰ ਐਗਜ਼ਾਮਪਲ, ਜੇ ਮੇਰੇ ਕੋਲ 9-9.5 ਲੱਖ ਦਾ ਘਰ ਹੈਗਾ ਹੁਣ ਇਸ ਵੇਲੇ, ਮੈਂ ਚਾਹੁੰਦਾ ਕਿ ਉਹਨੂੰ ਮੈਂ ਵੇਚ ਕੇ ਇਸ ਤੋਂ ਅੱਗੇ ਵਧਾਂ, ਇਹਨੂੰ ਅਪਗ੍ਰੇਡ ਕਰਾਂ, ਮੈਂ 12 ਲੱਖ ਵਾਲਾ ਘਰ ਲਵਾਂ ਜਾਂ 13 ਲੱਖ ਵਾਲਾ ਘਰ ਲਵਾਂ, ਮੇਰੇ ਚਾਹੁਣ ਨਾਲ ਤਾਂ ਹੀ ਕੁਛ ਹੋਊਗਾ ਜੇ ਮੈਨੂੰ ਹੁਣ $4,00,000 ਦੀ ਮੌਰਗੇਜ ਕਿਤੇ ਹੋਰ ਮਿਲੂਗੀ। ਸੋ $4,00,000 ਦੀ ਮੌਰਗੇਜ ਮੈਨੂੰ ਤਾਂ ਮਿਲੂਗੀ ਜੇ ਮੇਰੀ ਇਨਕਮ ਵਧੂਗੀ, ਮੌਜੂਦਾ ਇਨਕਮ ਦੇ ਹਿਸਾਬ ਨਾਲ ਤਾਂ ਉਹ ਗੱਲ ਬਣਨੀ ਨਹੀਂ ਹੈਗੀ। ਸੋ ਇਨਕਮ ਵਧਣ ਦੇ ਇੰਨੇ ਸਾਧਨ ਨਹੀਂ ਸੀਗੇ, ਸਟ੍ਰੈਸ ਟੈਸਟ ਕਰਕੇ ਕੁਆਲੀਫਾਈ ਹੋ ਨਹੀਂ ਸੀ ਹੋ ਰਿਹਾ। ਸੋ ਉਹ ਬੰਦਾ ਘਰ ਵੇਚ ਨਹੀਂ ਰਿਹਾ ਹੈਗਾ। 2018 ਦੇ ਵਿੱਚ ਨਹੀਂ ਉਹਨੇ ਵੇਚਿਆ, 2019 'ਚ ਨਹੀਂ ਵੇਚਿਆ, ਹੁਣ 2020 ਆ ਗਿਆ, ਉਹ ਉਵੇਂ ਲੈ ਕੇ ਬੈਠਾ। ਤਾਂ ਜੀ ਕਰਦਾ ਵੀ ਮੈਂ ਅਪਗ੍ਰੇਡ ਕਰਾਂ, ਉਹਨੂੰ ਲੱਗਦਾ ਵੀ ਹੈਗਾ ਆ ਕਿ ਮੈਂ ਸਾਂਭ ਸਕਦਾ ਹਾਂ ਘਰ, ਪਰ ਉਹਦੀ ਮੌਰਗੇਜ ਲਈ ਉਹਨੇ ਕੁਆਲੀਫਾਈ ਨਹੀਂ ਹੋਣ ਕਰਕੇ ਉਹ ਘਰ ਮਾਰਕੀਟ ਵਿੱਚ ਨਹੀਂ ਆ ਰਿਹਾ।
ਜਦੋਂ ਘਰ ਮਾਰਕੀਟ ਵਿੱਚ ਨਹੀਂ ਆ ਰਿਹਾ ਉਹਦੇ ਨਾਲ ਕੀ ਹੋ ਰਿਹਾ ਕਿ ਇਨਵੈਂਟੋਰੀ ਦੀ ਕਮੀ ਆ ਰਹੀ ਹੈ। 2016-17 ਦੇ ਵਿੱਚ ਜਿੱਦਾਂ ਮਾਰਕੀਟ ਬਹੁਤ ਵਧੀ, ਫਿਰ ਇੱਕਦਮ ਹੌਲੀ ਹੌਲੀ ਉਹਨੂੰ ਕੰਟਰੋਲ ਕਰ ਲਿਆ ਜਾਂ ਥੱਲੇ ਆਉਣੀ ਸ਼ੁਰੂ ਹੋ ਗਈ। ਹਾਂਜੀ, ਹੁਣ ਕੀ ਇਹ ਦੁਬਾਰਾ ਉੱਤੇ ਜਾ ਰਹੀ ਕਿ ਉੱਦਾਂ ਹੀ ਥੱਲੇ ਜਾ ਰਹੀ ਜਾਂ ਸਟੇਬਲ? 2016 ਦੇ ਵਿੱਚ ਤਾਂ ਜੀ 17 ਵਿੱਚ ਬਹੁਤ ਜ਼ਿਆਦਾ ਹੌਟ ਸੀ, ਜਿਵੇਂ ਆਪਾਂ ਗੱਲ ਕੀਤੀ ਕਿ ਮਲਟੀਪਲਸ ਔਫਰ ਹੁੰਦੀਆਂ ਸੀਗੀਆਂ ਕਿ ਜੇ ਘਰੇ ਜਾਓ ਤਾਂ ਉੱਥੇ ਓਪਨ ਹਾਊਸ 'ਤੇ ਇੱਦਾਂ ਜਿਵੇਂ ਖੰਡ ਪੱਟ ਖੁੱਲਿਆ ਹੁੰਦਾ, ਇੰਨਾ ਛੂ ਪਏ ਹੁੰਦੇ ਸੀ, ਬਾਹਰ ਪਏ ਹੁੰਦੇ ਸੀ। ਫਿਰ ਮੁੜ ਕੇ ਥੋੜ੍ਹੀ ਜਿਹੀ ਠੰਡਕ ਹੋਈ ਅਤੇ ਲੋਕਾਂ ਨੂੰ ਇੱਦਾਂ ਲੱਗਣ ਲੱਗ ਪਿਆ ਕਿ ਕੀਮਤਾਂ ਬਹੁਤ ਡਿੱਗ ਪੈਣੀਆਂ ਆ, ਵੀ ਅਸੀਂ ਹੁਣ ਵੇਟ ਕਰ ਲੈਂਦੇ ਹਾਂ, ਪਰ ਅਜਿਹਾ ਹੋਇਆ ਨਹੀਂ। ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਹੁਣ ਪਿਛਲੇ 2.5 ਮਹੀਨੇ ਤੋਂ ਜਿਹੜੀ ਆ ਤਕਰੀਬਨ ਐਕਟੀਵਿਟੀ ਜਿਹੜੀ ਆ ਦੁਬਾਰਾ ਦੇਖੀ ਗਈ ਹੈ, ਮਤਲਬ ਘਰ ਵਿਕ ਰਹੇ ਜ਼ਿਆਦਾ। ਹਾਂਜੀ, ਪਿਛਲੇ ਸਾਲ ਡੇਢ ਸਾਲ ਦੇ ਵਿੱਚ ਜਿਹੜੀ ਸੀਗੀ ਕਿ ਜਦੋਂ ਤੁਸੀਂ ਘਰ ਸਾਈਕਲ 'ਤੇ ਲਾਉਂਦੇ ਸੀਗੇ, ਮਹੀਨਾ ਡੇਢ ਮਹੀਨੇ ਦੇ ਵਿੱਚ ਤੁਹਾਡਾ ਘਰ ਜਿਹੜਾ ਆ ਵਿਕ ਜਾਂਦਾ ਸੀਗਾ, ਅਤੇ ਜਿੰਨੀ ਕੁ ਤੁਸੀਂ ਆਸਕਿੰਗ ਪ੍ਰਾਈਸ ਮੰਗਦੇ ਸੀਗੇ ਉਹ ਘਰ ਦੀ ਕੀਮਤ ਦੇ ਹਿਸਾਬ ਨਾਲ ਨੇੜੇ ਤੇੜੇ ਜਿਹੜੀ ਉਹਦੇ ਵਿਕ ਜਾਂਦੀ ਸੀਗੀ। ਪਰ ਹੁਣ ਜਿਹੜੇ ਆ ਉਹ ਪਤਾ ਨਹੀਂ ਕੀ ਹੋਇਆ ਅਚਾਨਕ, ਕਿਉਂਕਿ ਕਾਨੂੰਨ ਤਾਂ ਕੋਈ ਬਦਲਿਆ ਨਹੀਂ, ਫੋਰਨ ਬਾਇਰ ਟੈਕਸ ਵੀ ਉਸ ਤਰ੍ਹਾਂ ਹੀ, ਸਾਰਾ ਕੁਝ ਸਟ੍ਰੈਸ ਵੀ ਉਸੇ ਤਰ੍ਹਾਂ ਆ। ਪਰ ਜਿਹੜੀ ਪਿਛਲੇ 2.5 ਮਹੀਨੇ ਤੋਂ ਐਕਟੀਵਿਟੀ ਜਿਹੜੀ ਉਹ ਕਿਉਂ ਵੱਧ ਗਈ, ਇਹ ਹਜੇ ਇਹਦੇ ਬਾਰੇ ਹੋਣ ਵਾਲੇ ਮਾਹਰ ਦੱਸਣਗੇ ਕੀ ਆ। ਪਰ ਜਿਹੜੀ ਮੇਰੀ ਆਪਣੀ ਨਿੱਜੀ ਸੋਚ ਆ ਉਹ ਮੈਂ ਦੱਸ ਸਕਦਾ ਕਿ ਮੈਨੂੰ ਇਉਂ ਲੱਗਦਾ ਕਿ ਜਿਹੜੇ ਲੋਕ ਸਾਲ ਡੇਢ ਸਾਲ ਉਡੀਕ ਕਰਦੇ ਸੀਗੇ ਉਹ ਅੱਕ ਗਏ ਹੁਣ, ਵੀ ਇਹ ਹੋਰ ਤਾਂ ਕੁਛ ਨਹੀਂ ਗਾ। ਕੋਈ ਪੇਸ਼ਨ ਗੋਈਆਂ ਵੀ ਇਹੀ ਕੀਤੀਆਂ ਜਾ ਰਹੀਆਂ ਕਿ ਕੈਨੇਡਾ ਦੀ ਜਿਹੜੀ ਆਰਥਿਕਤਾ ਆ ਉਹ ਬਹੁਤੀ ਕੋਈ ਵਧਣੀ ਨਹੀਂ, ਜੇ ਆਰਥਿਕਤਾ ਵਧਣੀ ਨਹੀਂ ਤਾਂ ਜਿਹੜਾ ਇੰਟਰਸਟ ਰੇਟ ਆ ਉਹ ਵੀ ਨਹੀਂ ਵਧਣਾ, ਨਾ ਪਿਛਲੇ ਸਾਲ ਤੋਂ ਵਧਿਆ ਆ। ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਨਹੀਂ ਹੁਣ ਬਹੁਤ ਉਡੀਕ ਕਰ ਲਈ, ਹੁਣ ਲੈ ਲਈਏ ਕੁਛ। ਸੋ ਪਿਛਲੇ 2-2.5 ਮਹੀਨਿਆਂ ਤੋਂ, ਖਾਸ ਕਰਕੇ ਪਿਛਲੇ 3 ਹਫ਼ਤਿਆਂ ਤੋਂ ਮਾਰਕੀਟ ਦੇ ਵਿੱਚ ਦੁਬਾਰਾ ਜਿਹੜੀਆਂ ਸਰੀ ਡੈਲਟਾ ਦੇ ਵਿੱਚ ਜਿਹੜੇ ਪੁਰਾਣੇ ਘਰ ਆ ਜਿਨ੍ਹਾਂ ਦੀ ਕੀਮਤ ਤਕਰੀਬਨ ਆਪਾਂ ਕਹਿ ਸਕਦੇ 8 ਲੱਖ ਤੋਂ ਲੈ ਕੇ 1 ਮਿਲੀਅਨ ਤੱਕ ਆ, ਬੇਸਮੈਂਟ ਬਣੀ ਹੈ ਜਾਂ ਨਹੀਂ ਬਣੀ, ਉਹਦੇ ਹਿਸਾਬ ਦੇ ਨਾਲ ਮਲਟੀਪਲ ਆਫਰਸ ਜਿਹੜੀਆਂ ਆ ਰਹੀਆਂ ਆ। ਫਰਕ ਕੀ ਹੈ, ਪਹਿਲਾਂ ਮਲਟੀਪਲ ਆਫਰਸ ਦੇ ਵਿੱਚੋਂ ਅੱਧੀਆਂ ਪਚੱਧੀਆਂ ਕੈਸ਼ ਆਫਰਸ ਹੁੰਦੀਆਂ ਸੀਗੀਆਂ ਬਿਨਾਂ ਸਬਜੈਕਟ ਤੋਂ, ਹੁਣ ਕੀ ਹੈ ਉਹ ਸਬਜੈਕਟਸ ਦੇ ਨਾਲ ਆਫਰਸ ਆ ਰਹੀਆਂ, ਪਰ ਉਹਨਾਂ ਵਿੱਚੋਂ ਬਹੁਤੇ ਜਿਹੜੇ ਬੰਦੇ ਹੁੰਦੇ ਆ ਉਹ ਹੁੰਦੇ ਜਿਹਨਾਂ ਨੇ ਪ੍ਰੀ ਅਪਰੂਵਡ ਮੋਰਗੇਜ ਕਰਾਈਆਂ ਆ, ਉਹ ਅੱਕੇ ਪਏ ਆ ਸਾਲ ਤੋਂ, ਜਾਣੀ ਕਿ ਘਰ ਦੇਖ ਦੇਖ ਕੇ ਉਹ ਪਹਿਲਾਂ ਹੀ ਆਪਣੇ ਮੋਰਗੇਜ ਵਾਲੇ ਨਾਲ ਗੱਲ ਕਰਕੇ ਉਸ ਹਿਸਾਬ ਦੇ ਨਾਲ ਪ੍ਰੀ ਅਪਰੂਵਡ ਮੋਰਗੇਜ ਲਿਆ ਰਹੇ ਆ, ਅਤੇ ਉਹ ਡੀਲਸ ਜਿਹੜੀਆਂ ਆ ਹੋ ਰਹੀਆਂ ਆ। ਪਿਛਲੇ ਹਫ਼ਤੇ ਡੇਢ ਹਫ਼ਤੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਅਬਵ ਆਸਕਿੰਗ ਜਿਹੜੀਆਂ ਆ ਡੀਲਸ ਹੁਣ ਹੋਈਆਂ ਇਹਨਾਂ ਘਰਾਂ ਦੇ ਮਾਮਲੇ ਵਿੱਚ, ਪਰ ਇੱਕ ਸਾਰੀ ਮਾਰਕੀਟ ਨੂੰ ਆਪਾਂ ਡਿਫਾਈਨ ਨਹੀਂ ਕਰ ਸਕਦੇ, ਇਹ ਇੱਕ ਜੱਜਮੈਂਟ ਆ, ਮੈਨੂੰ ਇੱਦਾਂ ਲੱਗਿਆ। ਪਰ ਇਹਦੇ ਵਿੱਚ ਇਹ ਜਿਹੜੇ ਇਹ ਘਰ ਰੇਂਜ ਦੇ ਹੈਗੇ ਆ ਪੁਰਾਣੇ ਜਿਹੜੇ 35-40 ਸਾਲ ਵਾਲੇ ਆ ਜਿਹਨਾਂ ਦੀ ਕੀਮਤ 8 ਲੱਖ ਤੋਂ ਲੈ ਕੇ 1 ਮਿਲੀਅਨ ਤੱਕ ਆ, ਉਹਨਾਂ ਦੀ ਗੱਲ ਆ, ਪਰ ਮਾਰਕੀਟ ਇਕੱਲੀ ਇਹ ਡਿਫਾਈਨ ਨਹੀਂ ਕਰਦੇ। ਮਾਰਕੀਟ ਦੇ ਵਿੱਚ ਕੌਂਡੋਜ਼ ਵੀ ਹੈਗੇ ਆ 2.5 ਲੱਖ 3 ਲੱਖ ਵਾਲੇ, 3.5-3 ਲੱਖ ਵਾਲੇ, ਟਾਊਨ ਹਾਊਸਿਸ ਵੀ ਹੈਗੇ ਆ ਜਿਹੜੇ 5 ਲੱਖ ਤੋਂ ਸ਼ੁਰੂ ਹੋ ਕੇ 7-7.5 ਤੱਕ ਜਾਂਦੇ ਆ, ਉਦੋਂ ਬਾਅਦ ਜਿਹੜੇ ਆ ਵੱਡੇ ਘਰ ਜਿਹੜੇ ਆ ਜਾਂ ਨਵੇਂ ਘਰ ਜਿਹੜੇ ਆ 12 ਲੱਖ ਤੋਂ ਲੈ ਕੇ 15 ਲੱਖ, 16 ਲੱਖ ਜਾਂ 2 ਮਿਲੀਅਨ ਵਾਲੇ, ਜਿਹੜੀ ਉੱਪਰ ਹਾਈ ਕੈਟਾਗਰੀ ਆ 13 ਲੱਖ ਤੋਂ ਉੱਪਰ ਵਾਲੇ, ਉਹ ਜਿਹੜੀ ਮੋਰਗੇਜ ਆ ਉਹ ਨਹੀਂ, ਹਜੇ ਵੀ ਘਰ ਉਹ ਵਿਕ ਨਹੀਂ ਰਹੇ। ਉਹਦਾ ਰੀਜ਼ਨ ਕੀ ਆ, ਨਹੀਂ ਵਿਕ ਰਹੇ, ਨੰਬਰ ਇੱਕ ਤਾਂ ਜੇ ਕੋਈ ਅਪਗ੍ਰੇਡ ਕਰੂਗਾ ਆਪਣਾ ਘਰ ਉਹ ਫਿਰ ਇਹ ਘਰ ਉਹ ਲਊਗਾ, ਸੋ ਜੇ ਉਹ ਅਪਗ੍ਰੇਡ ਵਾਲਾ ਆਪਣਾ ਘਰ ਵੇਚ ਹੀ ਨਹੀਂ ਰਿਹਾ ਇਸ ਕਰਕੇ ਉਹਦੀ ਮੋਰਗੇਜ ਨਹੀਂ ਹੋਣੀ, ਸੋ ਉਹਨਾਂ ਚਿਰ ਉਹ ਘਰ ਜਿਹੜੇ ਆ ਉਹ ਵਿਕ ਨਹੀਂ ਰਹੇ। ਉਹ ਬੰਦੇ ਉਹ ਘਰ ਲੈ ਰਹੇ ਆ ਜਿਨ੍ਹਾਂ ਦੇ ਕੋਲ ਜਾਂ ਤਾਂ ਇਕੁਇਟੀ ਬਹੁਤ ਜ਼ਿਆਦਾ ਹੈਗੀ ਆ ਜਾਂ ਫਿਰ ਉਹ ਘਰਾਂ ਦੇ ਵਿੱਚ ਰੈਂਟਲ ਇਨਕਮ ਹੈਗੀ ਆ, ਮਤਲਬ ਕਿ ਬੇਸਮੈਂਟਾਂ 2 ਹੈਗੀਆਂ, ਫਿਰ ਕਿ ਕੋਈ ਨਾ ਕੋਈ ਕੁਆਲੀਫਾਈ ਜਿਹੜਾ ਕਰ ਜਾਂਦਾ ਆ। ਜਿੱਥੋਂ ਤੱਕ ਟਾਊਨ ਹਾਊਸਿਸ ਦੀ ਗੱਲ ਸੀਗੀ, ਉਹਦੇ ਵਿੱਚ ਜਿਹੜੀ ਰਾ ਮਾਰਕੀਟ ਸੀਗੀ ਟਾਊਨ ਹਾਊਸਿਸ ਦੀ, ਜਿੱਦਾਂ ਕਿ ਪਹਿਲਾਂ ਲੋਕ 1 ਏਕੜ ਲੈ ਲੈਂਦੇ ਸੀਗੇ, 1 ਏਕੜ ਲੈ ਕੇ ਫਿਰ ਉਹਦੇ 'ਤੇ ਐਪਲੀਕੇਸ਼ਨ ਪਾ ਲੈਂਦੇ ਸੀਗੇ, ਐਪਲੀਕੇਸ਼ਨ ਨਾਲੇ ਤੋਰੀ ਜਾਂਦੇ ਸੀਗੇ, ਥਰਡ ਰੀਡਿੰਗ ਤੋਂ ਬਾਅਦ ਨਾਲੇ ਪ੍ਰੀ ਸੇਲ ਕਰਨਾ ਸ਼ੁਰੂ ਕਰ ਦਿੰਦੇ ਸੀਗੇ। ਉਹ ਜਿਹੜੀ ਲੈਂਡ ਹੋਲਡ ਕੀਤੀ ਹੋਈ ਆ ਉਹ ਲੋਕ ਥੋੜ੍ਹੇ ਜਿਹੇ ਜ਼ਰੂਰ ਸਟੱਕ ਹੈਗੇ ਆ, ਉਹ ਵੱਡੇ ਡਿਵੈਲਪਰ ਨੇ, ਉਹਨਾਂ ਨੇ ਪ੍ਰਾਈਵੇਟ ਮੋਰਗੇਜ ਚੱਕੀਆਂ ਹੋਈਆਂ ਆ, ਸਾਲ ਡੇਢ ਸਾਲ ਹੋ ਗਿਆ ਉਹਨਾਂ ਨੂੰ, ਪਰ ਉਹ ਜਿਹੜੀਆਂ ਪ੍ਰੋਪਰਟੀ ਦੀਆਂ ਕੀਮਤਾਂ ਆ ਉਹ ਨਹੀਂ ਵੱਧ ਰਹੀਆਂ ਹੈਗੀਆਂ, ਸੋ ਉਹ ਜਿਹੜਾ ਜ਼ਰੂਰ ਹੈਗਾ। ਪਰ ਜਿਹੜੇ ਡਿਵੈਲਪਰ ਜਿਨ੍ਹਾਂ ਦੇ ਵਿੱਚ ਮੋਸਟਲੀ ਵੱਡੇ ਡਿਵੈਲਪਰ ਆਪਣੇ ਪੰਜਾਬੀ ਵੀ ਹੈਗੇ ਆ ਜਾਂ ਗੋਰੇ ਵੀ ਆ, ਜਿਹੜੇ ਐਂਡ ਯੂਜ਼ ਕਰਦੇ ਸੀਗੇ, ਮਤਲਬ ਕਿ ਉਹਨਾਂ ਨੇ ਜ਼ਮੀਨ ਆਪ ਲੈਂਦੇ ਸੀਗੇ, ਉਹ ਸਪੈਕੂਲੇਟ ਨਹੀਂ ਸੀ ਕਰਦੇ, ਉਹ ਜ਼ਮੀਨ ਨੂੰ ਆਪ ਡਿਵੈਲਪ ਕਰਕੇ ਆਪ ਟਾਊਨ ਹਾਊਸ ਬਣਾ ਕੇ ਵੇਚਦੇ ਸੀਗੇ, ਉਹ ਕੰਮ ਹੱਲੇ ਵੀ ਚੱਲੀ ਜਾ ਰਿਹਾ ਆ। ਪਰ ਉਹਦੇ 'ਚ ਪ੍ਰਾਈਸਿਸ ਜ਼ਰੂਰ $50,000 ਦਾ ਫਰਕ ਟਾਊਨ ਹਾਊਸ ਦੇ ਮਗਰ ਪਿਆ ਦੱਸਦੇ ਆ ਉਹ, ਪਰ ਉਹ ਵੀ ਪਿਛਲੇ 3 ਹਫ਼ਤੇ ਤੋਂ ਦੱਸ ਰਿਹਾ ਕਿ ਪ੍ਰੀ ਸੋਲਡ ਦੇ ਵਿੱਚ ਕੁਛ ਨਾ ਕੁਛ ਵਾਧਾ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਆ। ਜਿਹੜਾ ਸੋਤਾ ਸਾਹਿਬ ਨਵਾਂ ਬੰਦਾ ਘਰ ਲੈਂਦਾ ਪਹਿਲੀ ਵਾਰੀ, ਪਿੱਛੇ ਇਹ ਹਾਲਤ ਹੋ ਗਈ ਸੀ ਵੀ ਘਰ ਉਹਦੀ ਰੇਂਜ 'ਚੋਂ ਬਾਹਰ ਹੋ ਗਿਆ ਸੀ, ਪਹਿਲੀ ਵਾਰੀ ਨਾ ਤਾਂ ਮੋਰਗੇਜ ਮਿਲਦੀ ਸੀ ਇੰਨੀ ਮਿਲੀਅਨ ਦੇ ਨੇੜੇ ਜਾਂ 8-9 ਲੱਖ, ਤਾਂ ਨਾ ਹੀ ਉਹਦੇ ਕੋਲੋਂ ਲਿਆ ਜਾਂਦਾ ਸੀ, ਉਹ ਟਾਊਨ ਹਾਊਸਿਸ ਵੱਲ ਦੇ ਚਲੇ ਗਏ ਬਹੁਤ ਸਾਰੇ ਲੋਕ। ਹੁਣ ਇਹ ਵੀ ਮੇਰੀ ਆਪਣੀ ਇੱਕ ਅਸੈਸਮੈਂਟ ਆ ਕਿ ਸੁਣਨ 'ਚ ਇੱਦਾਂ ਆ ਰਿਹਾ ਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ 6-6.5-7 ਲੱਖ ਦੇ ਨੇੜੇ ਤੇੜੇ ਟਾਊਨ ਹਾਊਸ ਲੈਣਾ, ਜਾਂ ਉਹ 8 ਕੁ ਲੱਖ ਵਾਲਾ ਘਰ ਜ਼ਿਆਦਾ ਲੱਭ ਰਿਹਾ ਮਾਰਕੀਟ ਦੇ ਵਿੱਚ, ਵੀ ਪੁਰਾਣਾ ਘਰ ਹੋਵੇ ਭਾਵੇਂ 8-8.5-9 ਇੱਥੇ ਵੀ ਕੋਈ ਘਰ ਮਿਲ ਜਾਵੇ, ਇਹਦੇ 'ਚ ਵੀ ਕੋਈ ਤਬਦੀਲੀ ਆਈ ਹੈ?
ਨਹੀਂ ਜੀ, ਇਹਦੇ ਵਿੱਚ ਪ੍ਰੋਬਲਮ ਇਹੀ ਹੈ ਕਿ ਬਹੁਤ ਸਾਰੇ ਜਿਹੜੇ ਟਾਊਨ ਹਾਊਸ ਬਾਇਰ ਹੈਗੇ ਆ, ਉਹਨਾਂ ਨੇ ਜਿਹੜੀ ਤਾਂ ਨਵੀਂ ਪੀੜ੍ਹੀ ਆ ਉਹ ਤਾਂ ਟਾਊਨ ਹਾਊਸ ਇਸੇ ਕਰਕੇ ਲੈਂਦੀ ਹੈ, ਕੋਈ ਘਾਹ ਕੱਟਣ ਦੇ ਸਮੇਂ ਉਹ ਚੱਕਣ ਦੇ ਝੰਝਟਾਂ ਤੋਂ ਨਹੀਂ ਬਚਣਾ ਚਾਹੁੰਦੀ ਹੈ ਨਾ। ਜਿਹੜੇ ਲੋਕ ਪੰਜਾਬ ਤੋਂ ਆਉਂਦੇ ਆ ਸਾਡੇ ਪਹਿਲੀ ਵਾਰੀ ਘਰ ਲੈਣ, ਉਹਨਾਂ ਦਾ ਉਹਨਾਂ ਦੀ ਖਾਹਿਸ਼ ਘਰ ਲੈਣਾ ਹੀ ਆ, ਸਿੰਗਲ ਫੈਮਿਲੀ ਹੋਮ, ਉਹ ਟਾਊਨ ਹਾਊਸ ਮਜ਼ਬੂਰੀ ਵਿੱਚ ਲੈਂਦੇ ਆ ਜਦੋਂ ਉਹਨਾਂ ਨੂੰ ਮੋਰਗੇਜ ਨਹੀਂ ਮਿਲਦੀ ਜਾਂ ਉਹਨਾਂ ਕੋਲ ਇਨਫ ਡਾਊਨ ਨਹੀਂ ਹੁੰਦਾ। ਉਹ ਚਾਹੁੰਦੇ ਆ ਵੀ ਸਾਨੂੰ 8 ਲੱਖ ਦਾ 8.5 ਲੱਖ ਦਾ ਜਿਹੜਾ ਘਰ ਆ ਕੋਈ ਮਿਲ ਜਾਵੇ, ਪਰ ਉਹ ਕੋਈ ਅਵੇਲੇਬਲ ਹੈ ਨਹੀਂ ਗਾ। ਉਸ ਰੇਂਜ ਦੇ ਜਿਹੜੇ ਘਰ ਹੈਗੇ ਆ 8 ਲੱਖ ਤੋਂ ਲੈ ਕੇ ਮਿਲੀਅਨ ਵਾਲੇ, ਜਿਨ੍ਹਾਂ ਦੇ ਵਿੱਚ ਬੇਸਮੈਂਟ ਬਣਾਉਣ ਵਾਲੀ ਆ ਜਾਂ ਬੇਸਮੈਂਟ ਬਣੀ ਹੋਈ ਆ, ਉਹਦੇ ਹਿਸਾਬ ਨਾਲ ਪ੍ਰਾਈਸਿਸ ਹੈਗੀਆਂ, ਫਰਕ ਹੈਗਾ 1-1.5 ਲੱਖ ਦਾ। ਉਹ ਘਰ ਜਿਹੜੇ ਜਦੋਂ ਆਉਂਦੇ ਆ ਮਾਰਕੀਟ ਦੇ ਵਿੱਚ, ਉਹਦੇ ਮਲਟੀਪਲ ਬਾਇਰਸ ਆ, ਉਹਦੇ ਉਹ ਡਿਮਾਂਡ ਉਹ ਅਜੇ ਵੀ ਉਵੇਂ ਜਾਂ ਮਿਲ ਨਹੀਂ ਰਹੇ ਹੈਗੇ। ਉਹ ਮਿਲ ਇਸੇ ਕਰਕੇ ਨਹੀਂ ਰਹੇ ਕਿਉਂਕਿ ਇਨਵੈਂਟੋਰੀ ਹੈ ਨਹੀਂ ਗੀ। ਉਹ ਇਨਵੈਂਟੋਰੀ ਤਾਂ ਹੋਣੀ ਹੈ ਜੇ ਕੋਈ ਸਟ੍ਰੈਸ ਟੈਸਟ ਵਿੱਚ ਰਾਹਤ ਹੋਊਗੀ, ਫਿਰ ਉਹ ਆਪਣਾ ਘਰ ਵੇਚੂਗੇ ਪੁਰਾਣਾ, ਤਾਂ ਫਿਰ ਉਹ 12 ਲੱਖ ਵਾਲਾ ਜਾਂ 13 ਲੱਖ ਵਾਲਾ ਲਊਗੇ। ਜਿੰਨਾ ਚਿਰ ਉਹ ਨਹੀਂ ਹੁੰਦਾ ਉਨਾ ਚਿਰ ਫਿਰ ਇਹ ਘਾਟ ਜਿਹੜੀ ਹੈ ਬਣੀ ਰਹਿਣੀ ਹੈ, ਅਤੇ ਘਾਟ ਬਣੀ ਰਹਿਣ ਕਰਕੇ ਪ੍ਰਾਈਸਿਸ ਜਿਹੜੀਆਂ ਡਿੱਗਣੀਆਂ ਨਹੀਂ ਹੈਗੀ। ਦੋਵੇਂ ਪਾਸੇ ਨੇ, ਇੱਕ ਪਾਸੇ ਤਾਂ ਘਰ ਜਿਹੜਾ ਲਿਆ ਉਹ ਜਿਹਦੇ ਕੋਲ ਘਰ ਹੈਗਾ ਉਹਨੂੰ ਤਾਂ ਲੱਗਦਾ ਵੀ ਕੀਮਤ ਵਧਣੀ ਚਾਹੀਦੀ ਹੈ, ਇੱਕ ਜਿਹਨੇ ਪਹਿਲੀ ਵਾਰ ਘਰ ਲੈਣਾ ਜਾਂ ਉਹ ਬਾਹਰ ਵੀ ਆ ਉਹਨੇ ਅੱਗੇ ਜਾ ਕੇ ਲੈਣਾ, ਉਹਨੂੰ ਲੱਗਦਾ ਕੀਮਤ ਘਟਣੀ ਚਾਹੀਦੀ। ਤੁਹਾਨੂੰ ਕੀ ਲੱਗਦਾ ਵੀ ਹੁਣ ਅਸਲ ਦੇ ਵਿੱਚ ਕੀਮਤ ਘਟਣੀ ਚਾਹੀਦੀ ਹੈ ਕਿ ਵਧਣੀ ਚਾਹੀਦੀ ਹੈ? ਇਹਦੇ ਵੀ ਦੋ ਪੱਖ ਹੈਗੇ ਜੀ, ਇੱਛਾ ਦੇ ਨਾਲ ਤਾਂ ਕੁਛ ਵੀ ਨਹੀਂ ਹੁੰਦਾ ਹੈ ਨਾ, ਵੀ ਬੰਦਾ ਤਾਂ ਚਾਹੁੰਦਾ ਵੀ ਮੇਰੇ ਹਿਸਾਬ ਨਾਲ ਹੋਵੇ ਸਾਰਾ ਕੁਛ। ਸੋ ਹਰੇਕ ਬੰਦੇ ਦੀ ਆਪੋ ਆਪਣੀ ਇੱਛਾ ਆ। ਉਹ ਕਹਿੰਦੇ ਹੁੰਦੇ ਵੀ ਆਪਣੇ ਪੰਜਾਬੀ ਸੁਣਾਉਂਦੇ ਹੁੰਦੇ ਸੀ ਗੱਲ ਕਿ ਜੱਟ ਦੀਆਂ ਦੋ ਕੁੜੀਆਂ ਸੀਗੀਆਂ, ਇੱਕ ਉਹਨੇ ਦਰਿਆ ਕੰਢੇ ਵਿਆਹ ਤੀ ਅਤੇ ਇੱਕ ਬਠਿੰਡੇ ਵਾਲਾ ਪਰੇ ਮਾਰੂਥਲ 'ਚ ਵਿਆਹ ਤੀ। ਉਹ ਜਦੋਂ ਤਾਂ ਮੀਂਹ ਪੈਣਾ ਤਾਂ ਦਰਿਆ ਵਾਲੀ ਦਾ ਯਾਨੀ ਕਿ ਉਹਨੂੰ ਹੋਣਾ ਵੀ ਇਹ ਨਾ ਰੁੜ ਜਾਵੇ, ਜਦੋਂ ਮੀਂਹ ਨਾ ਪੈਣਾ ਤਾਂ ਉਹਨਾਂ ਕਹਿੰਦਾ ਸੋਕੇ 'ਚ ਨਾ ਮਰ ਜਾਵੇ। ਸੋ ਉਵੇਂ ਪੰਜਾਬੀ ਭਾਈਚਾਰਾ ਹੈ, ਉਵੇਂ ਸਾਡੀ ਕਮਿਊਨਿਟੀ ਆ। ਅੱਧੇ ਕੁ ਬੰਦੇ ਸਾਡੇ ਟ੍ਰੇਡਸਮੈਨ ਆ, ਬਿਲਡਰ ਆ, ਰਿਐਲਟਰ, ਮੋਰਗੇਜ ਬ੍ਰੋਕਰ ਆ। ਜਦੋਂ ਘਰਾਂ ਦੀ ਮਾਰਕੀਟ ਨਹੀਂ ਚੱਲਦੀ ਤਾਂ ਉਹ ਰੋਣ ਲੱਗ ਪੈਂਦੇ ਆ, ਅਤੇ ਜਦੋਂ ਘਰਾਂ ਦੀ ਮਾਰਕੀਟ ਜਿਹੜੀ ਆ ਚੱਲ ਪੈਂਦੀ ਆ, ਹੱਥੋਂ ਨਿਕਲ ਜਾਂਦੀ ਆ, ਫਿਰ ਜਿਹੜਾ ਥੱਲੇ ਪਹਿਲੀ ਵਾਰ ਘਰ ਲੈਣ ਵਾਲੇ ਆ ਜਾਂ ਆਮ ਲੋਕ ਆ, ਉਹਨਾਂ ਨੂੰ ਲੱਗਦਾ ਕਿ ਸਾਡੇ ਤਾਂ ਹੱਥੋਂ ਹੀ ਬਾਹਰ ਹੋ ਗਿਆ, ਸਾਡੇ ਤਾਂ ਸੁਪਨੇ ਬਣ ਗਿਆ। ਸੋ ਇਹ ਦੋਨੇ ਤਰ੍ਹਾਂ ਜਿਹੜੀ ਆ ਗੱਲ ਉਹ ਚੱਲਦੀ ਰਹਿੰਦੀ ਆ। ਪਰ ਬਾਕੀ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਦੁਨੀਆ ਦੇ ਵਿੱਚ ਲੰਮੇ ਸਮੇਂ ਦੇ ਵਾਸਤੇ ਲੌਂਗ ਰਨ ਦੇ ਵਿੱਚ ਕਦੀ ਵੀ ਪ੍ਰੋਪਰਟੀ ਦੀਆਂ ਕੀਮਤਾਂ ਜਿਹੜੀਆਂ ਉਹ ਘਟਣੀਆਂ ਨਹੀਂ ਹੈਗੀਆਂ। ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜੀ ਪ੍ਰੋਪਰਟੀ ਦੀ ਕੀਮਤ ਫਲੋਰ ਆ ਰਾਈਟ, ਉਸ ਭਾਅ ਦੇ ਵਿੱਚ ਤੁਹਾਨੂੰ ਜਲੰਧਰ ਨਹੀਂ ਮਿਲਣਾ ਪਲਾਟ। ਜਿਸ ਭਾਅ ਜਲੰਧਰ ਦੇ ਵਿੱਚ ਹੈਗਾ ਉਹ ਭਾਅ ਤੁਹਾਨੂੰ ਚੰਡੀਗੜ੍ਹ ਨਹੀਂ ਮਿਲਣਾ, ਜਿਹੜਾ ਭਾਅ ਚੰਡੀਗੜ੍ਹ ਆ ਉਹ ਤੁਹਾਨੂੰ ਦਿੱਲੀ ਜਾਂ ਬੰਬੇ ਨਹੀਂ ਮਿਲਣਾ। ਸੋ ਇਹ ਤੁਸੀਂ ਚੂਜ਼ ਕਰਨਾ। ਹੁਣ ਜੇ ਮੇਰੇ ਕੀ ਸਮਰੱਥਾ ਹੈਗੀ ਆ ਕਿ ਮੈਂ ਜ਼ਿਲ੍ਹਾ ਵਿਕ ਜਾਇਆ ਸਪੋਰਟ ਜਾਂ ਲੈਂਗਲੀ ਰਹਿ ਸਕਦਾ, ਅਤੇ ਮੇਰਾ ਜੀ ਕਰੀ ਜਾਵੇ ਕਿ ਮੇਰਾ ਵੈਨਕੂਵਰ ਦੇ ਡਾਊਨਟਾਊਨ ਦੇ ਲਾਗੇ ਘਰ ਹੋਵੇ, ਪਰ ਹੋਵੇ ਜ਼ਿਲ੍ਹਾ ਵਿਕ ਵਾਲੀ ਪ੍ਰਾਈਸ ਵਿੱਚ, ਉਹ ਪੋਸੀਬਲ ਹੋ ਹੀ ਨਹੀਂ ਸਕਦਾ ਕਿਉਂਕਿ ਦੁਨੀਆ ਦੀ ਆਬਾਦੀ ਵਧੀ ਜਾਂਦੀ ਆ, ਆਬਾਦੀ ਵਧਣ ਦੇ ਨਾਲ ਜਿਹੜੀ ਜਗ੍ਹਾ ਘੱਟ ਜਾਂਦੀ ਆ, ਅਤੇ ਉਹਦੇ ਕਰਕੇ ਪ੍ਰਾਈਸਾਂ ਜਿਹੜੀਆਂ ਆ ਉਹ ਸੂਤ ਨਹੀਂ ਜਾਂਦੀਆਂ। ਅਤੇ ਇੱਕ ਜਿਹੜੀ ਵੱਡੀ ਗੱਲ ਸਾਡੀ ਇੱਥੇ ਪ੍ਰੋਬਲਮ ਜਿਹੜੀ ਆ ਕਿ ਵੈਨਕੂਵਰ ਜਿਹੜਾ ਗ੍ਰੇਟਰ ਵੈਨਕੂਵਰ ਆ, ਇਹਦੇ ਇਹਦੇ ਵਿੱਚ ਇਨਫਰਾਸਟ੍ਰਕਚਰ ਦੀ ਬਹੁਤ ਕਮੀ ਆ। ਹੁਣ ਜਿਵੇਂ ਟਰਾਂਟੋ ਆ, ਐਡਮਿੰਟਨ ਆ, ਕੈਲਗਰੀ ਆ, ਉਹਦੇ ਵਿੱਚ ਜਦੋਂ ਡਿਵੈਲਪ ਕਰਦੇ ਆ ਘਰ, ਹਾਲਾਂਕਿ ਪ੍ਰਾਈਸਾਂ ਉੱਥੇ ਵੀ ਵਧੀਆਂ, ਪਰ ਐਡਮਿੰਟਨ ਕੈਲਗਰੀ ਨਹੀਂ, ਉਹ 500-500 ਘਰ ਜਿਹੜਾ ਵੱਡੀਆਂ ਕੰਪਨੀਆਂ ਬਾਹਰ ਨਿਕਲ ਕੇ ਬਣਾ ਦਿੰਦੀਆਂ ਸਰਵਿਸ ਲਿਜਾ ਕੇ, ਅਤੇ ਸਾਡੇ ਕੀ ਹੈਗਾ ਆ ਕਿ ਉਹ ਪ੍ਰਬੰਧ ਹੀ ਹੈ ਨਹੀਂ ਗਾ। ਸਾਡੇ ਸਮੁੰਦਰ ਲੱਗਦਾ ਇੱਕ ਪਾਸੇ ਪਹਾੜ ਆ, ਦੋ ਪਾਸੇ ਇੱਕ ਪਾਸੇ ਥੋੜ੍ਹਾ ਜਿਹਾ ਰਾਹ ਖੁੱਲ੍ਹਾ ਆ, ਉੱਧਰ ਵੈਸੇ ਨਹੀਂ ਸਰਵਿਸਿਜ਼ ਜਾ ਰਹੀਆਂ ਅਤੇ ਉਹ ਡਿਵੈਲਪ ਨਹੀਂ ਹੋ ਰਿਹਾ, ਇਸ ਕਰਕੇ ਇੱਥੇ ਢਾ ਕੇ ਘਰ ਬਣਾਈ ਜਾਂਦੇ ਆ ਜਾਂ ਇਹਨੂੰ ਹਾਈ ਡੈਂਸਿਟੀ ਕਰੀ ਜਾਂਦੇ ਆ, ਉਹਦੇ ਕਰਕੇ ਕੀਮਤਾਂ ਜਿਹੜੀਆਂ ਆ ਉਹ ਥੱਲੇ ਆਉਣੀਆਂ ਬਹੁਤ ਮੁਸ਼ਕਲ ਆ। ਸੋ ਹਰੇਕ ਨੂੰ ਜਿਹੜੀ ਹਰੇਕ ਚੀਜ਼ ਨਹੀਂ ਮਿਲ ਸਕਦੀ, ਅਤੇ ਜਿਹੜਾ ਕੋਈ ਹੁਣ ਜਿਹਨੇ ਘਰ ਲਿਆ ਉਹ ਅਕਸਰ ਇਹ ਚਾਹੂਗਾ ਕਿ ਮੇਰਾ ਘਰ ਵਧੇ, ਜਿਵੇਂ ਪਹਿਲਾਂ ਦੀ ਇਕੁਇਟੀ ਜਿਹੜੀ ਆ ਵਧੀਆ, ਮੇਰੀ ਵਿੱਚ ਇਕੁਇਟੀ ਬਣੇ ਅਤੇ ਕੁਛ ਪੈਸੇ ਮੇਰੇ ਲੈਣ, ਅਤੇ ਜਿਹੜਾ ਨਵਾਂ ਬੰਦਾ ਉਹ ਕਹਿੰਦਾ ਥੋੜ੍ਹੀ ਜਿਹਾ ਥੱਲੇ ਆ ਜਾਵੇ, ਮੇਰਾ ਵੀ ਹੱਥ ਪੈ ਜਾਵੇ। ਅਤੇ ਮੈਨੂੰ ਲੱਗਦਾ ਜਿਹੜਾ ਹੱਥ ਪੈਣ ਵਾਲਾ ਸਮਾਂ ਸੀਗਾ ਉਹ ਆਹੀ ਸੀਗਾ। ਹੁਣ ਤੁਹਾਡਾ 2018-2019 ਵਾਲਾ, ਉਹਦੇ ਵਿੱਚ ਜਿਹੜੇ ਬੰਦੇ ਘਰ ਜਿਹੜੇ ਆ ਲੈ ਗਏ ਉਹ ਚੰਗੇ ਹੀ ਰਹਿਣਗੇ। ਆਉਣ ਵਾਲਾ ਅੰਦਾਜ਼ਾ ਕੀ ਹੈ ਤੁਹਾਡਾ ਵੀ ਹੁਣ ਇਹ ਮਾਰਕੀਟ ਹੋਰ ਥੱਲੇ, ਮਤਲਬ ਮੈਂ ਮੰਨ ਕੇ ਚੱਲ ਰਿਹਾ ਜਿਹਨੇ ਪਹਿਲੀ ਵਾਰੀ ਘਰ ਲੈਣਾ, ਬਾਕੀ ਤਾਂ ਵੱਧਦੇ ਘੱਟਦੇ ਰਹਿੰਦੇ ਆ, ਉਹਨੂੰ ਕੀ ਕਰਨਾ ਚਾਹੀਦਾ? ਉਡੀਕ ਲੈਣਾ ਚਾਹੀਦਾ ਥੋੜ੍ਹਾ ਚਿਰ, ਹੋਰ ਥੱਲੇ ਜਾ ਸਕਦਾ ਪ੍ਰਾਈਸ, ਜਾਂ ਮਤਲਬ ਇੱਕ ਅੰਦਾਜ਼ਾ ਕੀ ਲੱਗਦਾ ਤੁਹਾਨੂੰ? ਮੈਂ ਅੰਦਾਜ਼ਾ ਨਹੀਂ ਦੱਸਦਾ, ਮੈਂ ਜਿਹੜੀ ਅੱਡ ਅੱਡ ਅੰਕੜੇ ਆਏ ਆ ਮੈਂ ਉਹ ਦੱਸ ਦਿੰਦਾ, ਉਹ ਇਹ ਜਿਹੜੇ ਦਰਸ਼ਕ ਨੇ ਉਹ ਆਪਣੇ ਆਪ ਅੰਦਾਜ਼ਾ ਲਾਉਣ ਵੀ ਉਹਨਾਂ ਨੇ ਕੀ ਕਰਨਾ। ਜਿਹੜੀ ਤਾਂ ਹੈਗੀ ਆ ਕੈਨੇਡਾ ਮੋਰਗੇਜ ਹਾਊਸਿੰਗ ਕਾਰਪੋਰੇਸ਼ਨ, ਜਿਹੜੀ ਕਿ ਪੂਰੇ ਕੈਨੇਡਾ ਦੇ ਵਿੱਚ ਅੰਕੜੇ ਦਿੰਦੀ ਆ, ਜਾਂ ਮੋਰਗੇਜ ਸੰਬੰਧਿਤ ਸਰਕਾਰੀ ਅਦਾਰਾ ਆ, ਜਿਹਨੇ ਪੇਸ਼ਨਗੋਈ ਪਹਿਲਾਂ ਕੀਤੀ ਸੀਗੀ ਕਿ 2 ਸਾਲ ਮਾਰਕੀਟ ਠੰਡੀ ਰਹਿਣੀ ਆ, ਉਹੀ ਜਿਹੜੀ ਆ ਹੁਣ ਕਹਿ ਰਹੀ ਆ ਕਿ 2020 ਦੇ ਵਿੱਚ, 2021 ਦੇ ਵਿੱਚ ਜਿਹੜੀਆਂ ਘਰਾਂ ਦੀਆਂ ਕੀਮਤਾਂ ਆ ਉਹ ਵੈਨਕੂਵਰ ਦੇ ਵਿੱਚ 3.5% ਵਧ ਜਾਣੀਆਂ। ਅੱਛਾ, 3.5% 2020 ਦੇ ਵਿੱਚ, 3.5% 2021 ਦੇ ਵਿੱਚ, ਇਹ ਬਹੁਤ ਹੁੰਦੀਆਂ।
ਜਿਹੜਾ ਰਿਐਲਟਰ ਹੈਗੇ ਆ ਉਹ ਉਹਨਾਂ ਦੇ ਵਾਸਤੇ ਜਿਹੜੀ ਮਾਰਕੀਟ ਨਾ ਬਹੁਤੀ ਠੰਡੀ ਚੰਗੀ ਹੁੰਦੀ ਆ, ਨਾ ਬਹੁਤੀ ਗਰਮ। ਨਾ ਠੰਡੀ ਦੇ ਵਿੱਚ ਉਹਨਾਂ ਦੇ ਗਾਹਕ ਲਈ ਕੁਛ ਲੱਭਦਾ ਅਤੇ ਨਾ ਗਰਮ ਦੇ ਵਿੱਚ ਕੁਛ ਲੱਭਦਾ ਹੈਗਾ ਆ। ਜਿਹੜੀ ਰੈਗੂਲਰ ਮਾਰਕੀਟ ਆ ਉਹ ਇਹੀ ਹੁੰਦੀ ਆ ਕਿ ਸਾਲ ਦਾ ਐਵੇਂ 2-3% ਘਰ ਵਧਣ, ਠੀਕ ਹੈ, ਅਤੇ ਉਹਦੇ ਵਿੱਚ ਸਰੇਕ ਨੂੰ ਸਾਰਾ ਕੁਛ ਜਿਹੜਾ ਮਿਲਦਾ ਰਹਿੰਦਾ। ਉਹ CMHC ਜਿਹੜੀ ਆ ਉਸ ਹਿਸਾਬ ਦੀ ਪੇਸ਼ਨਗੋਈ ਜਿਹੜੀ ਆ ਕਰ ਰਹੀ ਹੈ। ਪਰ ਇਸ ਦੇ ਨਾਲ ਹੀ ਜਿਹੜੇ ਗ੍ਰੇਟਰ ਵੈਨਕੂਵਰ ਦਾ ਰੀਅਲ ਸਟੇਟ ਬੋਰਡ ਆ ਜਾਂ ਫਰੇਜ਼ਰ ਵੈਲੀ ਰੀਅਲ ਸਟੇਟ ਬੋਰਡ ਆ, ਉਹਦੇ ਜਿਹੜੇ 2.5 ਮਹੀਨਿਆਂ ਦੇ ਪਿਛਲੇ ਅੰਕੜੇ ਆ ਉਹ ਇਹ ਦੱਸ ਰਿਹਾ ਕਿ ਪਿਛਲੇ ਸਾਲ ਦੇ ਨਾਲੋਂ 2019 ਦੇ ਨਾਲੋਂ 2018 ਦੇ ਨਾਲੋਂ ਨਵੰਬਰ ਦਸੰਬਰ ਮਹੀਨਾ ਜਿਹੜਾ ਆ ਉਹ 16% ਤੋਂ ਲੈ ਕੇ 22% ਤੱਕ ਕੀਮਤਾਂ ਵਧੀਆਂ। ਜਿਹੜਾ ਨਵੰਬਰ ਦਸੰਬਰ 2018 ਸੀ, ਹਾਂਜੀ, ਉਹਦੇ ਨਾਲੋਂ ਨਵੰਬਰ ਦਸੰਬਰ 2019 ਦੇ ਵਿੱਚ, ਹਾਂਜੀ, ਵੀ ਇੰਨੀਆਂ ਕੀਮਤਾਂ ਵਧੀਆਂ। ਜਦੋਂ ਇਹ ਦੱਸ ਰਹੇ ਆ ਤਾਂ ਇੱਕ ਧੋਖਾ ਕਰ ਰਹੇ ਆ ਉਹ। ਉਹ ਧੋਖਾ ਇਹ ਕਰ ਰਿਹਾ ਕਿ ਪਿਛਲੇ ਸਾਲ ਦੇ ਨਾਲੋਂ ਕੀਮਤਾਂ ਦੱਸ ਰਹੇ ਆ ਕਿ 16% ਵਧੀਆਂ ਜਾਂ 22% ਜਿਹੜੀਆਂ ਵਧੀਆਂ, ਜਦੋਂ ਕਿ ਆਪਾਂ ਨੂੰ ਪਤਾ ਕਿ ਉਦੋਂ ਪਹਿਲਾਂ ਤਾਂ ਕੀਮਤਾਂ ਹੋਰ ਬਹੁਤ ਡਿੱਗ ਗਈਆਂ ਸੀਗੀਆਂ। 2017 ਦੇ ਵਿੱਚ ਕੀਮਤਾਂ ਜਿਹੜੀਆਂ ਡਿੱਗ ਗਈਆਂ ਸੀਗੀਆਂ, ਸੋ ਉਤੋਂ ਇਹ ਅੱਪ ਹੋ ਰਿਹਾ। ਪਰ ਜੇ 10 ਸਾਲ ਦੀ ਐਵਰੇਜ ਵੀ ਕੱਢੀਏ, ਅੱਛਾ ਜੀ, 2019 ਤੋਂ ਆਪਾਂ 10 ਸਾਲ ਵੀ ਪਿੱਛੇ ਚੱਲ ਜਾਈਏ, ਉਦੋਂ ਜਿਹੜੀ ਐਵਰੇਜ ਸੇਲ ਬਣਦੀ ਆ ਨਵੰਬਰ ਮਹੀਨੇ ਦੀ ਜਾਂ ਦਸੰਬਰ ਮਹੀਨੇ ਦੀ, ਉਹਦੇ ਵੀ ਉੱਪਰ ਆ ਹੁਣ ਸੇਲਸ ਜਿਹੜੀਆਂ ਆ। ਸੋ ਇਹ ਤੋਂ ਪਤਾ ਲੱਗਦਾ ਆ ਕਿ ਮਾਰਕੀਟ ਜਿਹੜੀ ਆ ਉਹਦਾ ਰੁਝਾਨ ਜਿਹੜਾ ਆ ਉਹ ਰੀਬਾਊਂਡ ਹੋ ਰਿਹਾ ਆ, ਉਹ ਮੁੜ ਕੇ ਜਿਹੜੀ ਆ ਉਹ ਗਤੀ ਫੜ ਰਹੀ ਆ। ਅਤੇ ਹੁਣ ਇਹਦੇ ਬਾਰੇ ਵੀ 2 ਅੱਡ ਅੱਡ ਮਾਹਰਾਂ ਦੇ ਅੱਡ ਅੱਡ ਖਿਆਲ ਹੈਗੇ ਆ। ਇੱਕ ਮਾਹਰ ਤਾਂ ਇਹ ਕਹਿੰਦੇ ਆ ਕਿ ਜਿਹੜੀ ਗਲੋਬਲ ਇਕੋਨਮੀ ਆ ਉਹ ਸਲੋਅ ਹੋ ਰਹੀ ਆ, ਗਲੋਬਲ ਇਕੋਨਮੀ ਸਲੋਅ ਹੋਣ ਦੇ ਨਾਲ ਕੈਨੇਡਾ ਦੀ ਇਕੋਨਮੀ ਵੀ ਸਲੋਅ ਹੋ ਰਹੀ ਆ, ਉਹਦੇ ਨਾਲ ਕੀ ਹੋਣਾ ਆ ਕਿ ਜਿਹੜੇ ਕੰਮ ਕਾਰ ਆ ਉਹ ਠੰਡੇ ਪੈਣੇ ਆ, ਜੋ ਉਹਦੇ ਨਾਲ ਜਿਹੜੇ ਵੇਅਰਹਾਊਸਾਂ 'ਚ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਟਰੱਕਿੰਗ ਦੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਹੋਰ ਕੰਮ ਕਾਰ ਕਰਦੇ ਆ, ਉਹਨਾਂ ਦੀਆਂ ਜੋਬਸ ਜਿਹੜੀਆਂ ਉਹਨਾਂ ਨੂੰ ਛੱਡਣੀਆਂ ਪੈਣੀਆਂ, ਕਈਆਂ ਨੂੰ ਵਿੱਚ ਲੇਅਫ ਹੋ ਜਾਣੇ ਆ। ਸੋ ਜਿਹੜੇ ਉਹ ਬੰਦੇ ਲੇਅਫ ਹੋਣਗੇ ਅਤੇ ਫਿਰ ਉਹਨਾਂ ਦਾ ਜਦੋਂ ਕੰਮ ਘੱਟ ਗਿਆ, ਲੇਅਫ ਹੋ ਗਿਆ, ਫਿਰ ਉਹਨਾਂ ਨੇ ਖਰਚਾ ਨਹੀਂ ਕਰਨਾ। ਸੋ ਉਹ ਜਿਹੜੇ ਘਰ ਕਿੱਦਾਂ ਕੀਮਤਾਂ ਬਦਲਣਗੀਆਂ, ਕਦੀ ਵੀ ਨਹੀਂ ਵੱਧ ਸਕਦੀਆਂ ਜਦੋਂ ਲੋਕਾਂ ਕੋਲ ਕੰਮ ਨਹੀਂ ਹੈਗਾ। ਪਰ ਦੂਜੇ ਪਾਸੇ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਹਾਲ ਦੀ ਘੜੀ ਜਿਹੜਾ ਆ ਕੰਮ ਕਾਰ ਸਾਰਿਆਂ ਨੂੰ ਮਿਲ ਰਿਹਾ ਆ, ਹਾਲ ਦੀ ਘੜੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਲੇਬਰ ਦੀ ਸ਼ੋਰਟੇਜ ਹੈਗੀ ਆ, ਹਾਲ ਦੀ ਘੜੀ ਜਿਹੜੀ ਅਨਇੰਪਲਾਈਮੈਂਟ ਰੇਟ ਆ ਕੈਨੇਡਾ ਵਿੱਚ ਵੀ ਬਹੁਤ ਘੱਟ ਆ, PC ਵਿੱਚ ਤਾਂ ਸਭ ਤੋਂ ਰੈਕਡ ਘੱਟ ਹੈਗੀ ਆ। ਜਿੰਨਾ ਚਿਰ ਬੇਰੁਜ਼ਗਾਰੀ ਦਰ ਜਿਹੜੀ ਘੱਟ ਆ, ਕੰਮ ਮਿਲ ਰਹੇ ਆ, ਉਹਨਾਂ ਚਿਰ ਜਿਹੜੀਆਂ ਪ੍ਰਾਈਸਾਂ ਵਧਣੀਆਂ ਆ। ਸੋ ਇਹ ਦੋਨਾਂ ਚੀਜ਼ਾਂ 'ਚ ਬੈਲੈਂਸ ਜਿਹੜਾ ਆ ਹੋਣਾ, ਇਸ ਕਰਕੇ ਮੈਨੂੰ ਲੱਗਦਾ ਕਿ ਅਗਲੇ ਕੁਝ ਮਹੀਨੇ ਜਿਹੜਾ ਆ ਉਹ ਘਰਾਂ ਦੀ ਮਾਰਕੀਟ ਜਿਹੜੀ ਆ ਜ਼ਰੂਰ ਸਹੀ ਹੋ ਜਾਣੀ ਆ। ਉਦੋਂ ਬਾਅਦ ਜੇ ਕੁਛ ਉਹਨੂੰ ਹੁੰਦਾ ਆ, ਜੇ ਗਲੋਬਲ ਇਕੋਨਮੀ ਡਿੱਗਦੀ ਆ ਜਾਂ ਰਿਸੈਸ਼ਨ ਕੈਨੇਡਾ ਦੇ ਵਿੱਚ ਆਉਂਦਾ ਆ, ਉਹ ਗੱਲ ਡਿਫਰੈਂਟ ਆ। ਪਰ ਡਿੱਗਣ ਵਾਲੀ ਗੱਲ ਜਿਹੜੀ ਆ ਪ੍ਰਾਈਸਾਂ ਇਦੋਂ ਹੋਰ ਉਹ ਨਹੀਂ ਹੋਣ ਲੱਗਦਾ ਵੀ ਹੋਣੀ, ਇੱਥੇ ਚੱਲੀ ਜਾਣ ਦੀ ਜਾਂ ਉੱਪਰ ਜਾਣ ਦੀ ਥੋੜ੍ਹੀ ਬਹੁਤ, ਜਿਵੇਂ ਵੀ ਆਪਾਂ 3.5% ਕਹਿੰਦੇ ਹਾਂ ਤਾਂ ਮਿਲੀਅਨ ਮਗਰ 30-35 ਹਜ਼ਾਰ ਘਰ ਜਿਹੜਾ ਵੱਧ ਵੀ ਗਿਆ, ਉਹ ਕੋਈ ਐਡੀ ਬਹੁਤੀ ਗੱਲ ਨਹੀਂ ਹੈਗੀ, ਹੈ ਨਾ। ਸੋ ਉਨਾ ਕੁ ਚੱਲਣ ਦੀ ਆਸ ਹੈਗੀ ਆ 2020 ਦੇ ਵਿੱਚ। ਕੁਛ ਲੋਕ ਜਿਹੜੇ ਉਡੀਕ ਰਹੇ ਆ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਜਿਹੜੀਆਂ ਖ਼ਬਰਾਂ ਦੇ ਰਹੇ ਆ CHMC ਜਾਂ ਦੂਜੀਆਂ ਆ ਰਹੀਆਂ ਇੱਧਰੋਂ ਉੱਧਰੋਂ ਵੀ ਅਸਲ ਦੇ ਵਿੱਚ ਮਾਰਕੀਟ ਨੂੰ ਤੇਜ਼ ਕਰਨ ਦੇ ਲਈ ਆ, ਵੀ ਕਿਸੇ ਨਾ ਕਿਸੇ ਤਰ੍ਹਾਂ ਹਿਲਜੁਲ ਜੀ ਸ਼ੁਰੂ ਹੋ ਜਾਵੇ ਲੋਕਾਂ ਦੇ ਵਿੱਚ, ਥੋੜ੍ਹਾ ਜਿਹਾ ਇੱਕ ਆ ਜਾਵੇ ਵੀ ਘਰ ਵਿਕਣ ਲੱਗ ਪਏ, ਮਹਿੰਗੇ ਹੋ ਗਏ, ਦੇਖੋ ਉਹਦੇ ਮੁਕਾਬਲੇ ਇੰਨਾ ਹੋ ਗਿਆ, ਉਹਦੇ ਮੁਕਾਬਲੇ ਇੰਨਾ ਹੋ ਗਿਆ। ਅਸਲ ਦੇ ਵਿੱਚ ਮਾਰਕੀਟ ਠੰਡੀ ਆ ਤਾਂ ਲੋਕਾਂ ਨੇ, ਮਤਲਬ ਜਿੱਦਾਂ ਉਹ ਆਪਣੀ ਭਾਸ਼ਾ 'ਚ ਕਹਿੰਦੇ ਵੀ ਛੱਡ ਕੇ ਜਾਣਾ ਇੱਥੋਂ, ਚਿੰਤਾ ਨਾ ਕਰੋ, ਤੁਸੀਂ ਜਿਹੜੇ ਇਹ ਘਰ ਹੋਰ ਬਹੁਤ ਥੱਲੇ ਆ ਜਾਣੇ ਆ। ਉਹਦੇ ਨਾਲ ਕੁਛ ਲੋਕ ਕਹਿੰਦੇ ਵੀ ਥੱਲੇ ਆ ਜਾਣੇ ਆ, ਪਰ ਕਿਉਂਕਿ ਲੋਕ ਲਗਾਤਾਰ ਸਰੀ ਵਰਗੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮਾਈਗ੍ਰੇਟ ਹੋਈ ਜਾਂਦੇ, ਉਹਨਾਂ ਨੇ ਕਿਤੇ ਤਾਂ ਰਹਿਣਾ ਹੀ ਆ, ਇਹ ਕੀ ਫੈਕਟਰ ਲੱਗਦਾ ਤੁਹਾਨੂੰ? ਹੁਣ ਉਹਦੇ ਆਉਂਦੇ ਸ਼ੰਕੇ ਵਿੱਚ ਇਹਨਾਂ ਦਾ ਜਵਾਬ ਹੈਗਾ। ਉਹਨਾਂ ਦਾ ਸ਼ੰਕਾ ਜਿਹੜਾ ਆ ਉਹ ਇਹ ਕਹਿੰਦਾ ਵੀ ਇਹ ਜਿਹੜੀਆਂ ਮੀਡੀਆ ਵਾਲੇ ਆ, ਜਿਹੜੇ CMHC ਵਾਲੇ ਆ, ਜਿਹੜੇ ਰੀਅਲ ਸਟੇਟ ਬੋਰਡ ਜਿਹੜੇ ਆ, ਇਹ ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਨੂੰ ਆਪਣੇ ਮਗਰ ਲਾ ਕੇ ਭੇਡ ਚਾਲ ਬਣਾ ਕੇ ਮਾਰਕੀਟ ਗਰਮ ਕਰਨੀ ਚਾਹੁੰਦੇ ਆ। ਬਿਲਕੁਲ, ਅਤੇ ਉਦੋਂ ਵੀ ਤਾਂ ਇਹੀ ਸੀਗੇ ਜਿਹੜਾ ਠੰਡੀ ਕੀਤੀ ਹੈ, ਉਦੋਂ ਵੀ ਤਾਂ CMHC ਕਹਿੰਦੀ ਸੀ ਵੀ ਉਹਦੀ ਭਵਿੱਖਬਾਣੀ ਸੀਗੀ, ਉਦੋਂ ਵੀ ਤਾਂ ਉਹਨਾਂ ਦੀ ਰੀਅਲ ਸਟੇਟ ਬੋਰਡ ਕਹਿੰਦੇ ਸੀ ਵੀ ਹਾਂ ਮਾਰਕੀਟ ਸੇਲ ਇੰਨੀ ਘੱਟ ਗਈ ਆ, ਘਰ ਜਿਹੜੇ ਇੰਨੇ ਸਸਤੇ ਹੋ ਗਏ ਆ, ਉਦੋਂ ਜੇ ਸਾਨੂੰ ਚੰਗਾ ਲੱਗਦਾ ਸੀਗਾ ਤਾਂ ਹੁਣ ਫਿਰ ਕਿਉਂ ਭੈੜਾ ਲੱਗਦਾ? ਸੋ ਦੈਟ ਮੀਨਸ ਜੇ ਆਪਾਂ ਨੂੰ ਇਸ ਗੱਲ ਦਾ ਪਤਾ ਆ ਵੀ ਉਹਨਾਂ ਦੇ ਕੀਤਿਆਂ ਜਿਹੜਾ ਆ ਉਹ ਮਾਰਕੀਟ ਠੰਡੀ ਹੋ ਗਈ, ਫਿਰ ਹੁਣ ਆਪਾਂ ਨੂੰ ਇਹ ਵੀ ਮੰਨਣਾ ਪੈਣਾ ਵੀ ਉਹਨਾਂ ਦੇ ਕੀਤਿਆਂ ਗਰਮ ਵੀ ਹੋ ਜਾਣੀਆਂ, ਚਾਹੇ ਸਾਡੀ ਧਾਰਨਾ ਪਰਸਨਲ ਕੋਈ ਵੀ ਹੋਵੇ। ਜੇ ਅਸੀਂ ਇਹ ਗੱਲ ਮੰਨ ਕੇ ਚੱਲਦੇ ਹਾਂ ਵੀ ਲੋਕੀ ਮਗਰ ਲੱਗਦੇ ਆ ਉਹਨਾਂ ਦੇ, ਅਤੇ ਜੇ ਮਗਰ ਲੱਗ ਕੇ ਮਾਰਕੀਟ ਠੰਡੀ ਕਰ ਲਈ ਲੋਕਾਂ ਨੇ ਉਹਨਾਂ ਦੇ, ਅਤੇ ਫਿਰ ਹੁਣ ਮਗਰ ਲੱਗ ਕੇ ਉਹਨਾਂ ਦੇ ਗਰਮ ਵੀ ਕਰ ਲੈਣੀ ਇਹਨਾਂ ਨੇ, ਸਾਡੇ ਹੱਥ ਵਿੱਚ ਤਾਂ ਕੁਛ ਨਹੀਂ। ਬਿਲਕੁਲ, ਇੱਕ ਘਰ ਖਰੀਦਣ ਦੇ ਵਿੱਚ ਬੜਾ ਸਟਰੋਂਗ ਜਿਹੜਾ ਆਰਗੂਮੈਂਟ ਦਿੱਤਾ ਜਾਂਦਾ ਵੀ ਹੁਣ ਉਹ ਜ਼ਮਾਨਾ ਨਹੀਂ ਜਦੋਂ ਲੋਕ
ਜਿਹੜੀ ਪੇਮੈਂਟ ਦੇਣ ਦੇ ਦੁੱਖੋਂ ਘਰ ਜਾਂ ਟਾਊਨ ਹਾਊਸ ਛੱਡ ਦਿੰਦੇ ਸੀ ਵੀ ਜੇ ਚਾਰੇ ਸਿਰੇ ਹੀ ਲੱਗ ਗਏ ਹੁਣ ਤਾਂ ਜਿਹੜਾ ਕਿਰਾਏਦਾਰ ਹੀ ਇੰਨੇ ਆ ਲੋਕਾਂ ਨੂੰ ਹੀ ਲੋੜ ਇੰਨੀ ਆ ਵੀ ਤੁਸੀਂ ਸਾਰਾ ਜੇ ਰੈਂਟ 'ਤੇ ਚਾੜ੍ਹਦੇ ਹੋ ਛੱਡ ਕੇ ਤਾਂ ਵੀ ਉਹਨੇ ਤੁਹਾਡੀ ਜਿਹੜੀ ਪੇਮੈਂਟ ਚੱਕੀ ਜਾਣੀ ਆ ਵੀ ਹੁਣ ਉਹ ਜ਼ਮਾਨਾ ਜਿਹੜਾ ਕਦੋਂ ਸੀਗਾ ਵੀ ਲੋਕ ਘਰ ਛੱਡ ਦਿੰਦੇ ਸੀ ਜਾਂ ਬੈਂਕ ਲੈ ਜਾਂਦੇ ਸੀ ਉਹ ਹੁਣ ਨਹੀਂ ਹੋਣਾ ਇਹ ਗੱਲ ਕਿੰਨੀ ਕੁ ਸਹੀ ਲੱਗਦੀ ਹੈ ਹੁਣ ਤੁਸੀਂ ਇਹ ਦੇਖੋ ਵੀ ਇਹ ਵੀ ਏਰੀਏ ਏਰੀਏ ਦਾ ਕੰਮ ਹੈਗਾ ਹੁਣ ਜੇ ਤੁਹਾਡਾ ਘਰ ਹੈਗਾ 8 ਮਿਲੀਅਨ ਦਾ ਉਹ 8 ਮਿਲੀਅਨ ਦਾ ਘਰ 8,000 ਨੂੰ ਰੈਂਟ 'ਤੇ ਚੜ੍ਹਿਆ ਅਤੇ ਉਹਨੇ ਤੁਹਾਡਾ ਕੈਸ਼ ਥੋੜ੍ਹੀ ਤੋਰਨੀ ਹੈ ਪਰ ਜੇ ਤੁਹਾਡਾ ਘਰ ਹੈਗਾ 8 ਲੱਖ ਦਾ ਅਤੇ ਉਹਦੇ ਥੱਲੇ ਉੱਤੋਂ 4,000 ਕਿਰਾਇਆ ਆ ਰਿਹਾ ਉਹਦਾ ਤੁਹਾਡਾ ਕੈਸ਼ 'ਤੇ ਵੀ ਤੁਹਾਡੀ ਤੋਰ ਰਿਹਾ ਤੁਹਾਡਾ ਪ੍ਰੋਪਰਟੀ ਟੈਕਸ ਵੀ ਪੇ ਕਰ ਰਿਹਾ ਤੁਹਾਡੀ ਇੰਸ਼ੋਰੈਂਸ ਵੀ ਪੇ ਕਰ ਰਿਹਾ ਕਰਕੇ ਸਾਰਾ ਕੁਛ ਫੇਰ ਵੀ 100 ਤੋਂ ਥੋੜ੍ਹਾ ਦਾ ਤੁਹਾਡੀ ਜੇਬ 'ਚ ਪਾ ਰਿਹਾ ਸੋ ਜਿਹੜੇ ਉਹ ਇਲਾਕੇ ਨੇ ਮੇਰਾ ਕਹਿਣ ਤੋਂ ਭਾਵ ਸਰੀ ਡੈਲਟਾ ਲੈਂਗਲੀ ਐਵਰਸਪੋਰਟ ਇਹਦੇ ਵਿੱਚ ਰੈਂਟ ਇੰਨਾ ਜ਼ਿਆਦਾ ਹੋ ਗਿਆ ਕਿ ਜਿੰਨਾ ਬੰਦਾ ਬੇਸਮੈਂਟ ਦੇ ਵਿੱਚ ਰੈਂਟ ਪੇ ਕਰਦਾ ਉਨੇ ਦੇ ਨਾਲ ਉਹ ਆਰਾਮ ਦੇ ਨਾਲ ਉਨੇ ਰੈਂਟ ਦੇ ਨਾਲ ਹੀ ਉਹ ਟਾਊਨ ਹਾਊਸ ਜਾਂ ਕੌਂਡੋ ਜਿਹੜਾ ਉਹ ਬਾਏ ਕਰ ਸਕਦਾ ਅਤੇ ਇਹ ਰੈਂਟ ਇੰਨੇ ਵੱਧ ਚੁੱਕੇ ਆ ਇਸ ਕਰਕੇ ਮਾਰਕੀਟ ਜਿਹੜੀ ਉਹ ਹਿੱਲ ਨਹੀਂ ਰਹੀ ਹੈਗੀ ਮਾਰਕੀਟ ਦੇ ਘਰ ਦਾ ਲੋਕਾਂ ਨੇ ਤਾਂ ਹੀ ਛੱਡ ਛੱਡ ਭੱਜਣੇ ਸੀਗੇ ਜੇ ਉਹਨਾਂ ਦੀ ਕਿਸ਼ਤ ਨਾ ਤੁਰਦੀ ਓਬਵੀਅਸਲੀ ਅਤੇ ਇੱਥੇ ਜਿਹੜਾ ਹੈਗਾ ਕਿ ਕਿਰਾਏ ਲਈ ਘਰ ਨਹੀਂ ਲੱਭ ਰਹੇ ਹੈਗੇ ਅਤੇ ਜਿਹੜਾ ਰੈਂਟ ਹੈਗਾ ਉਹ ਵੱਧ ਗਿਆ ਆ ਸੋ ਰੈਂਟ ਦੇ ਨਾਲ ਕਿਸ਼ਤ ਤੁਰੀ ਜਾ ਰਹੀ ਆ ਜਦੋਂ ਕਿਸੇ ਦੀ ਕਿਸ਼ਤ ਤੁਰੀ ਜਾ ਰਹੀ ਹੈ ਤਾਂ ਉਹ ਘਰ ਕਿਉਂ ਛੱਡੂਗਾ ਜਾਂ ਘਰ ਸਸਤਾ ਕਿਉਂ ਵੇਚੂਗਾ ਇਹ ਗੱਲ ਜਿਹੜੀ ਆਟੋਮੈਟਿਕਲੀ ਇਹਦਾ ਜਵਾਬ ਹੈਗੀ ਆ ਅਤੇ ਇਹੀ ਰੀਜ਼ਨ ਹੈਗਾ ਕਿ ਸਰੀ ਡੈਲਟਾ ਲੈਂਗਲੀ ਐਵਰਸਪੋਰਟ ਦੇ ਵਿੱਚ ਜਿਹੜੇ ਆ ਉਹ ਘਰਾਂ ਦੀਆਂ ਕੀਮਤਾਂ ਜਿਹੜੀਆਂ ਪੁਰਾਣਿਆਂ ਦੀਆਂ ਨਹੀਂ ਘਟੀਆਂ ਅਤੇ ਲੋਕ ਲੈਣਾ ਵੀ ਤਾਂ ਹੀ ਚਾਹੁੰਦੇ ਆ ਕਿ ਜਿਹੜਾ ਬੰਦਾ 1500 ਡਾਲਰ ਬੇਸਮੈਂਟ 'ਚ ਦੇ ਰਿਹਾ ਜਿਹੜਾ ਕਿ 2 ਬੈਡਰੂਮ ਦੀ ਬੇਸਮੈਂਟ ਜਿਹੜਾ ਕਿ ਉਹ ਵੇਸਟ ਹੋ ਰਿਹਾ ਉਹਦਾ ਉਹਦੇ ਕੁਛ ਨਹੀਂ ਪੈ ਉਹਦੇ ਕੁਛ ਨਹੀਂ ਪੱਲੇ ਜੇ ਉਹ $2200 ਪੇਮੈਂਟ ਬਣਾ ਲੈਂਦਾ ਟਾਊਨ ਹਾਊਸ ਦੀ ਤਾਂ ਉਹਦੇ ਵਿੱਚੋਂ $700 ਜਾਂ $600 ਉਹਦਾ ਜਿਹੜਾ ਮੂਲ ਲੈ ਜਾਂਦਾ ਅਤੇ $1500-1600 ਜਿਹੜਾ ਆ ਉਹ ਜਿੰਨੀ ਉਹ ਕਿਸ਼ਤ ਦਿੰਦਾ ਸੀਗਾ ਉਹਨਾਂ ਕੋਲ ਵਿਆਜ ਚੱਲ ਜਾਂਦਾ ਉਹਦੇ ਉੱਪਰ ਜਿਹੜੀ ਸਟਾਰਟਾ ਜ਼ਰੂਰ ਪੈ ਜਾਂਦੀ ਹੈ $200-250 ਜਿਹੜੀ ਆ ਪਰ ਉਹਦੇ ਵਿੱਚ 2 ਬੈਡਰੂਮ ਦੀ ਬਜਾਏ ਉਹਨੂੰ 3 ਬੈਡਰੂਮ ਮਿਲ ਜਾਂਦੇ ਆ ਉਹਨੂੰ 2 ਗਰਾਜ ਮਿਲ ਜਾਂਦੇ ਆ ਅਗਲਾ ਕੋਈ ਅੱਜ ਕੱਲ੍ਹ ਪੇਇੰਗ ਗੈਸਟ ਰੱਖਣ ਦਾ ਇੱਥੇ ਰਿਵਾਜ਼ ਬੜਾ ਚੱਲ ਪਿਆ ਆ ਜਾਂ ਕੋਈ ਰਿਸ਼ਤੇਦਾਰ ਨਾਲ ਉਹਨੂੰ ਇੱਕ ਤਰ੍ਹਾਂ ਨਾਲ ਰੈਂਟ ਦੇ ਵਿੱਚ ਥੋੜ੍ਹੇ ਬਹੁਤੇ ਪੈਸੇ ਕਰ ਲੈਂਦਾ ਲੋਕਾਂ ਨੇ ਜੁਗਾੜ ਲਾ ਕੇ ਉਹ ਤੋਰ ਲਏ ਆ ਅਤੇ ਉਹਦੇ ਵਿੱਚ ਉਹਨੂੰ ਫੀਲਿੰਗ ਹੈਗੀ ਆ ਕਿ ਮੇਰਾ ਆਪਣਾ ਘਰ ਹੈਗਾ ਬਿਲਕੁਲ ਥੋੜ੍ਹਾ ਜਿਹਾ ਯਾਨੀ ਕਿ ਉਹਨੂੰ ਉਂਗਲੀ ਟੇਢੀ ਕਰਕੇ ਅਗਲੇ ਨੇ ਆਪਣਾ ਘਰ ਬਣਾ ਲਿਆ ਆ ਅਤੇ ਉਹ ਉਨੇ ਪੈਸੇ ਦੇ ਰਿਹਾ ਜਿੰਨੇ ਉਹ ਬੇਸਮੈਂਟ ਦੇ ਵਿੱਚ ਪੈਸੇ ਵੇਸਟ ਕਰ ਰਿਹਾ ਸੀ ਕਿਰਾਇਆ ਦੇ ਕੇ ਇੱਕ ਹੋਰ ਗੱਲ ਜਿਹੜੀ ਇਹਦੀ ਉਲਟ ਮਤਲਬ ਮੈਂ ਉਹੀ ਗੱਲਾਂ ਸੁਣ ਰਿਹਾ ਜਿਹੜੀਆਂ ਅਸੀਂ ਆਲੇ ਦੁਆਲੇ 'ਚ ਸੁਣਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਸਟ੍ਰੈਸ ਟੈਸਟ ਆ ਜਾਂ ਜਿਹੜੇ ਬਾਕੀ ਇਹਨਾਂ ਨੇ ਟੈਕਸ ਲਾਏ ਆ ਇਹ ਸਾਰਾ ਕੁਛ ਇੱਦਾਂ ਹੈ ਵੀ ਕਿਤੇ ਲੰਗਰ ਦੇ ਲਈ ਜਿਹੜੇ ਲੱਗੇ ਆ ਤਾਂ ਉਹਨਾਂ ਨੇ ਡੰਡਾ ਹੁਣ ਮੂਹਰੇ ਲਾ ਦਿੱਤਾ ਵੀ ਜਦੋਂ ਉਹ 40 ਜਣੇ ਲੰਗਰ ਛਕ ਲੈਣਗੇ ਉਹਦੇ ਤੋਂ ਬਾਅਦ ਉਹ ਚਲੇ ਜਾਣਗੇ ਫਿਰ ਬਾਕੀ ਆਉਣਗੇ ਵੀ ਇਹ ਡੰਡੇ ਲਾ ਕੇ ਅਸਲ 'ਚ ਇਹਨਾਂ ਨੇ ਲੋਕਾਂ ਨੂੰ ਰੋਕਿਆ ਹੈ ਜਦੋਂ ਉਹ ਡੰਡਾ ਚੱਕਿਆ ਗਿਆ ਲੋਕ ਓਡੀ ਵੱਡੀ ਗਿਣਤੀ ਦੇ ਵਿੱਚ ਹੀ ਫਿਰ ਆ ਜਾਣੇ ਮਾਰਕੀਟ ਫਿਰ ਇੱਕਦਮ ਉੱਪਰ ਚਲੇ ਜਾਣੀ ਇਸ ਗੱਲ ਦੀ ਕਿੰਨੀ ਕੁ ਸੰਭਾਵਨਾ ਇਹਦਾ ਜ਼ਾਹਰ ਹੀ ਹੈ ਜੀ ਕਿਉਂਕਿ ਹੁਣ ਜੇ ਆਪਾਂ ਚੀਜ਼ ਇੱਕ ਰੋਕ ਦਿੱਤੀ ਹੈ ਠੀਕ ਹੈ ਵੀ ਆਹ ਚੀਜ਼ ਤੁਸੀਂ ਨਹੀਂ ਖਰੀਦ ਸਕਦੇ ਮਗਰ ਬੈਕਅਪ ਤਾਂ ਹੋ ਰਹੀ ਹੈ ਨਾ ਉਨੀ ਲੋਕਾਂ ਲੋੜ ਤਾਂ ਉਨੀ ਹੈ ਇਮੀਗ੍ਰੇਸ਼ਨ ਤਾਂ ਉਨੀ ਹੋ ਰਹੀ ਹੈ ਬੰਦੇ ਬੱਚੇ ਜੰਮ ਤਾਂ ਉਨੇ ਰਹੇ ਆ ਵੱਡੇ ਤਾਂ ਉਨੇ ਹੋ ਰਹੇ ਆ ਉਹ ਜਿਹੜੇ ਬਾਹਰ ਉਹ ਤਾਂ ਉਨੇ ਪੈਦਾ ਹੋ ਰਹੇ ਆ ਉਹ ਜਦੋਂ ਫਿਰ ਉਹਨਾਂ ਨੂੰ ਤੁਸੀਂ ਡੰਡਾ ਚੱਕੋਗੇ ਜਾਂ ਕੋਈ ਰਾਹਤ ਦਿਓਗੇ ਤਾਂ ਜ਼ਾਹਰ ਆ ਕਿ ਮਾਰਕੀਟ ਦੇ ਵਿੱਚ ਇੱਕਦਮ ਉਹ ਆਉਣਗੇ ਇਨਵੈਂਟੋਰੀ ਪਹਿਲਾਂ ਘੱਟ ਆ ਅਤੇ ਕੀਮਤਾਂ ਜਿਹੜੀਆਂ ਫਿਰ ਉਹ ਆਪਣੇ ਆਪ ਹੀ ਬਦਲਣਗੀਆਂ ਇਹਦੇ ਵਿੱਚ ਤਾਂ ਕੋਈ 2 ਰਾਵਾਂ ਹੀ ਹੈਨਗੀਆਂ ਅਤੇ ਜਾਂ ਹੈਗਾ ਵੀ ਕੈਨੇਡਾ ਸਰਕਾਰ ਕਿੰਨਾ ਕੁ ਲੰਮਾ ਸਮਾਂ ਸਟ੍ਰੈਸ ਟੈਸਟ ਜਿਹੜਾ ਲਾ ਸਕਦੀ ਹੈ ਹੁਣ ਸਟ੍ਰੈਸ ਟੈਸਟ ਲਾਉਣ ਦਾ ਜਿਹੜਾ ਮੇਨ ਮਕਸਦ ਕੀ ਸੀਗਾ ਕਿ ਘਰ ਸਸਤੇ ਹੋਣ ਘਰ ਸਸਤੇ ਕਾਹਦੇ ਲਈ ਕਰਨੇ ਸੀਗੇ ਕਿ ਆਮ ਜਿਹੜਾ ਬੰਦਾ ਆ ਉਹਦੇ ਅਫੋਰਡਬਿਲਟੀ ਦੇ ਵਿੱਚ ਘਰ ਆ ਜਾਵੇ ਪਰ ਤੁਸੀਂ ਇਹ ਅਧਿਐਨ ਕਰਕੇ ਦੇਖੋ ਵੀ ਕਿੰਨੇ ਕੁ ਬੰਦੇ ਜਿਹੜੇ ਸੀਗੇ ਜਿਹੜੇ 2017-18 ਦੇ ਵਿੱਚ ਘਰ ਨਹੀਂ ਲੈ ਸਕਦੇ ਸੀਗੇ ਉਹਨਾਂ ਨੇ 19-20  'ਚ ਲੈ ਲਿਆ ਕਿਉਂਕਿ ਕੀਮਤਾਂ ਨਹੀਂ ਘਟੀਆਂ ਉਹ ਸਮਾਂ ਉਹਨਾਂ ਲਈ ਕੁਆਲੀਫਾਈ ਕਰਨਾ ਹੋਰ ਔਖਾ ਹੋ ਗਿਆ ਸੋ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਸੇ ਕਰਕੇ ਹੁਣ ਟਰੂਡੋ ਸਰਕਾਰ ਨੇ ਜਿਹੜਾ ਰਿਵਿਊ ਦੇ ਵਿੱਚ ਪਾਇਆ ਹੋਇਆ ਇਹ ਜਿਹੜਾ ਰਿਵਿਊ 'ਚ ਇਹਨਾਂ ਨੇ ਪਾਇਆ ਪਿੱਛੇ 'ਚ ਖਬਰ ਆਈ ਸੀ ਵੀ ਉਹ ਕਹਿੰਦੇ ਇਹਨੂੰ ਠੀਕ ਠਾਕ ਕਰੋ ਕਿਸੇ ਤਰ੍ਹਾਂ ਵਿੱਤ ਮੰਤਰੀ ਨੂੰ ਇਹ ਕੀ ਇਹਨੂੰ ਹਟਾ ਦੇਣਗੇ ਇਹ ਕੁਛ ਸੌਖਾ ਕਰ ਦੇਣਗੇ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਸੋ ਉਹਦੇ ਵਿੱਚ ਹੋ ਸਕਦਾ ਕੋਈ ਫਸਟ ਟਾਈਮ ਬਾਅਦ ਨੂੰ ਇਨਸੈਂਟਿਵ ਦੇ ਦੇਣ ਵੀ ਸਟ੍ਰੈਸ ਟੈਸਟ ਦੇ ਵਿੱਚ ਇਹ ਕਹਿ ਦੇਣ ਵੀ ਜਿਹੜੇ ਜਿਹਨੇ ਦੂਜੀ ਵਾਰੀ ਘਰ ਲੈਣਾ ਜਾਂ ਤੀਜੀ ਵਾਰੀ ਘਰ ਲੈਣਾ ਆ ਉਹਨੂੰ 2% ਦੇ ਨਾਲ ਐਕਸਟਰਾ ਦੇ ਨਾਲ ਕੁਆਲੀਫਾਈ ਕਰਨਾ ਪਊਗਾ ਜਿਹੜਾ ਫਸਟ ਟਾਈਮ ਬਾਹਰ ਆ ਉਹਨੂੰ 1% ਨਾਲ ਕਰਨਾ ਪਊਗਾ ਵਾਧੂ ਦੇ ਨਾਲ ਜਾਂ ਇਹ ਕਹਿ ਸਕਦੇ ਵੀ ਫਸਟ ਟਾਈਮ ਬਾਹਰ ਵਾਸਤੇ ਚੱਕ ਦਿੱਤਾ ਜਾਂ ਹੋ ਸਕਦਾ ਜਿਵੇਂ ਹੈਗਾ ਉਵੇਂ ਚੱਲਦਾ ਰੱਖਣ ਜੇ ਉਹ ਦੇਖਣਗੇ ਅੰਕੜੇ ਕਿਵੇਂ ਆ ਜੇ ਵੀ ਰਿਵਿਊ ਕਰਨ ਦੇ ਲਈ ਇਹਨੂੰ ਕਿਹਾ ਇਹਦਾ ਮਤਲਬ ਕਿ ਸਰਕਾਰ ਨੂੰ ਲੱਗਦਾ ਕਿ ਸਟ੍ਰੈਸ ਟੈਸਟ ਕਿਤੇ ਨਾ ਕਿਤੇ ਸਮੱਸਿਆ ਹੈਗੀ ਹੈ ਸਮੱਸਿਆ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਆਮ ਸੁਣਨ ਨੂੰ ਮਿਲੀ ਹੈ ਜੀ ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਇਹਨੂੰ ਚੁੱਕਿਆ ਸੀਗਾ ਵੀ ਅਸੀਂ ਇਹਨੂੰ ਬਾਰੇ ਦੇਖਾਂਗੇ ਸੋ ਜਿਹੜੀਆਂ ਜਿਹੜੀਆਂ ਗੱਲਾਂ NDP ਨੇ ਕੰਜ਼ਰਵੇਟਿਵ ਪਾਰਟੀ ਨੇ ਵੀ ਚੱਕੀਆਂ ਸੀਗੀਆਂ ਚਾਹੇ ਉਹ ਸੈੱਲ ਫੋਨ ਦੇ ਬਿੱਲ ਆ ਚਾਹੇ ਉਹ ਮੈਡੀਕਲ ਦੀ ਗੱਲ ਹੈਗੀ ਆ ਅਤੇ ਚਾਹੇ ਇਹ ਘਰਾਂ ਦੀ ਸਟ੍ਰੈਸ ਟੈਸਟ ਦੀ ਗੱਲ ਆ
ਸਰਕਾਰ ਨੂੰ ਪਤਾ ਨਹੀਂ ਕਿ ਸਰਕਾਰ ਕਿੰਨਾ ਚਿਰ ਚੱਲਣੀ ਹੈ, ਸੋ ਇਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਵਾਸਤੇ ਉਹ ਫੈਸਲੇ ਲੈਣੇ ਪੈਣੇ ਆ, ਜਿਹੜੇ ਲੋਕ ਲੁਭਾਊ ਹੋਣ, ਚਾਹੇ ਵਿਰੋਧੀ ਪਾਰਟੀਆਂ ਦੇ ਏਜੰਡੇ ਸੀਗੇ। ਸੋ ਇਸ ਕਰਕੇ ਕੁਛ ਨਾ ਕੁਛ ਤਾਂ ਉਹ ਦੇਖਣਗੇ ਕਿ ਸਾਨੂੰ ਸਟ੍ਰੈਸ ਟੈਸਟ ਹਟਾ ਕੇ ਵੋਟਾਂ ਵੱਧ ਪੈਂਦੀਆਂ, ਕਿਉਂਕਿ ਸਟ੍ਰੈਸ ਟੈਸਟ ਲੱਗਾ ਰਹਿ ਕੇ ਵੋਟਾਂ ਵੱਧ ਪੈਂਦੀਆਂ, ਇਹ ਵੋਟਾਂ ਦੀ ਗਿਣਤੀ ਬੇਨਤੀ ਉਹਨਾਂ ਨੇ ਕਰਨੀ ਹੈ। ਸੋ ਉਹ ਇਹ ਗੱਲ ਦੇਖਣਗੇ। ਪਰ ਜਿਹੜਾ ਫੋਰਨ ਬੈਲੈਂਸ ਟੈਕਸ ਆ, ਉਹਦੇ ਬਾਰੇ ਜ਼ਰੂਰ ਹੈਗਾ ਕਿ 15% ਟੈਕਸ ਤਾਂ ਲਾ ਤਾ, ਉਹ ਵੱਧ ਕੇ 20% ਵੀ ਸ਼ਾਇਦ ਹੁਣ ਹੋ ਗਿਆ, ਪਰ ਦੁਨੀਆ ਦੇ ਵਿੱਚ ਦੇਖੋ ਹੈਗੀ ਬਲੈਕ ਮਨੀ ਹੈ ਜਿਹੜੀਆਂ ਜਿੱਥੇ ਜਿਹਨਾਂ ਮੁਲਕਾਂ 'ਚੋਂ ਅਸੀਂ ਆਏ ਹਾਂ, ਚੀਨ ਆ ਜਾਂ ਰਸ਼ੀਆ ਜਾਂ ਹੋਰ ਮੁਲਕ ਮੈਕਸੀਕੋ ਆ, ਜਿੱਥੇ ਡਰੱਗ ਦਾ ਪੈਸਾ ਆ ਜਾਂ ਕਾਲਾ ਧਨ ਭ੍ਰਿਸ਼ਟਾਚਾਰ ਦੇ ਰਾਹੀਂ ਕਮਾਇਆ ਹੋਇਆ, ਉਹਨਾਂ ਨੂੰ ਤਾਂ 20% ਦੇ ਨਾਲ ਵੀ ਉਹਨਾਂ ਦੀ 80% ਜਿਹੜੀ ਹੈ ਵਾਈਟ ਹੁੰਦੀ ਹੈ ਕਿਸੇ ਤਰੀਕੇ, ਉਹਨਾਂ ਨੂੰ ਤਾਂ ਕੋਈ ਉਹਨਾਂ ਫਰਕ ਨਹੀਂ ਹੈਗਾ। ਇਸੇ ਕਰਕੇ ਤੁਸੀਂ ਦੇਖੋਗੇ ਟੋਰਾਂਟੋ ਅਤੇ ਮੌਂਟਰੀਅਲ ਦੇ ਵਿੱਚ ਲਗਜ਼ਰੀ ਘਰਾਂ ਦੀਆਂ ਕੀਮਤਾਂ ਪਿਛਲੇ ਸਾਲਾਂ ਦੇ ਵਿੱਚ ਵੱਧ ਗਈਆਂ। ਉਹਦਾ ਰੀਜ਼ਨ ਤਾਂ ਮਤਲਬ ਇਹੀ ਹੈ ਕਿ ਜਿਹੜੀ ਇਨਵੈਸਟਮੈਂਟ BC ਦੇ ਵਿੱਚ ਰੁਕੀ ਆ ਉਹ ਉੱਧਰ ਜਾ ਕੇ ਹੋ ਗਈ ਆ। ਸੋ ਇਹਦੇ ਹੱਲ ਹੈਗੇ ਆ ਘਰਾਂ ਦੀਆਂ ਕੀਮਤਾਂ ਸਹੀ ਰੱਖਣ ਦੀ, ਜੇ ਸਰਕਾਰ ਚਾਹੇ ਉਹ ਕਾਨੂੰਨ ਬਣਾ ਸਕਦੀ ਹੈ। ਉਹਦੇ ਵਿੱਚ ਸਭ ਤੋਂ ਵੱਡੀ ਗੱਲ, ਜੇ ਮੰਨ ਲਓ ਕਿ ਵੈਨਕੂਵਰ ਦੇ ਵਿੱਚ BC ਦੇ ਵਿੱਚ ਘਰਾਂ ਦੀਆਂ ਕੀਮਤਾਂ ਸਟੇਬਲ ਰੱਖਣੀਆਂ ਹੋਣ, ਤਾਂ ਉਹ ਇਹ ਕਾਨੂੰਨ ਬਣਾ ਸਕਦੀ ਹੈ ਕਿ ਇੱਕ ਬੰਦਾ ਇੱਕੋ ਘਰ ਲੈ ਸਕਦਾ, ਵੀ ਆਪਣੇ ਰਹਿਣ ਵਾਸਤੇ ਜਿਹੜਾ ਇੱਕ ਬੰਦਾ ਉਹ ਇੱਕ ਘਰ ਲੈ ਸਕਦਾ ਆ, ਅਤੇ ਦੂਜਾ ਜਿਹੜਾ ਘਰ ਲਊਗਾ ਉਹਦੇ 'ਤੇ ਟੈਕਸ ਬਹੁਤ ਜ਼ਿਆਦਾ ਹੋਣ, ਜਿਵੇਂ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰ ਮੁਲਕਾਂ 'ਚ, ਈਵਨ ਯੂਰਪ ਦੇ ਵਿੱਚ ਹੈਗੇ ਆ। ਫਿਰ ਉਹ ਜਿਹੜੇ ਵਾਧੂ ਪੈਸੇ ਹੋਣਗੇ ਬੰਦੇ ਕੋਲ, ਫਿਰ ਘਰਾਂ ਦੇ ਵਿੱਚ ਨਹੀਂ ਇਨਵੈਸਟ ਕਰੂਗਾ, ਕਿਉਂਕਿ ਬਿਜ਼ਨਸ ਖੁੱਲੂਗਾ ਜਾਂ ਕਿਤੇ ਹੋਰ ਪਾਸੇ ਇਨਵੈਸਟ ਕਰੂਗਾ, ਫਿਰ ਘਰ ਜਿਹੜਾ ਕਮੋਡਿਟੀ ਨਹੀਂ ਬਣੂਗੀ, ਇੱਕ ਘਰ ਜਿਹੜਾ ਆ ਉਹ ਕੋਈ ਖਰੀਦ ਵੇਚਣ ਵਾਲੀ ਸਪੈਕੂਲੇਸ਼ਨ ਵਾਲੀ ਚੀਜ਼ ਨਹੀਂ ਬਣੂਗੀ, ਉਹ ਰਹਿਣ ਦੀ ਚੀਜ਼ ਹੋਊਗੀ, ਹਰੇਕ ਬੰਦੇ ਦੀ ਅਫੋਰਡੇਬਿਲਿਟੀ ਵਿੱਚ ਹੋਊਗੀ। ਪਰ ਕੀ ਸਰਕਾਰਾਂ ਇਹ ਕਦਮ ਚੱਕ ਸਕਦੀਆਂ? ਸਰਕਾਰ ਆਮ ਤੌਰ 'ਤੇ ਕਹਿੰਦੀ ਵੀ ਸਾਨੂੰ ਚਿੰਤਾ ਹੈਗੀ ਹੈ, ਜਿਹੜੇ ਪਹਿਲੀ ਵਾਰ ਘਰ ਲੈ ਰਹੇ ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਜਦੋਂ BC ਦੇ ਵਿੱਚ ਲਿਬਰਲ ਸਰਕਾਰ ਸੀ, ਕਲਿਸਟੀ ਕਲਾਰਕ ਪ੍ਰੀਮੀਅਰ ਸੀ, ਉਹਨਾਂ ਨੇ ਵੀ ਇੱਕ ਸਕੀਮ ਸ਼ਾਇਦ ਸ਼ੁਰੂ ਕੀਤੀ ਸੀ ਵੀ ਜਿਹੜਾ ਬੰਦਾ ਪਹਿਲੀ ਵਾਰੀ ਘਰ ਲੈ ਰਿਹਾ ਉਹਨੂੰ ਅਸੀਂ 50% ਜਾਂ ਕੁਛ ਡਾਊਨ ਪੇਮੈਂਟ ਦੇਵਾਂਗੇ। ਫਿਰ ਟਰੂਡੋ ਸਰਕਾਰ ਨੇ ਪਿਛਲੀ ਟਰਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜਾ 5 ਲੱਖ ਤੱਕ ਕੋਈ ਨਵਾਂ ਘਰ ਲਊਗਾ ਉਹਨੂੰ ਅਸੀਂ 9% ਦੇਵਾਂਗੇ। ਪਲੇਟਫਾਰਮ ਦੇ ਵਿੱਚ ਇਹਨਾਂ ਨੇ ਕਿਹਾ ਨਹੀਂ ਜੀ, ਚਲੋ ਉਹਨੂੰ ਅਸੀਂ 8 ਲੱਖ ਤੱਕ ਕਰ ਦਿੰਦੇ ਜਾਂ 7.5 ਲੱਖ ਕਰ ਦਿੰਦੇ ਹਾਂ। ਪਰ ਇਹ ਘੱਟੋ ਘੱਟ ਅਸੀਂ ਕਿਸੇ ਨੂੰ ਜਾਣਦੇ ਨਹੀਂ ਜਿਹਨੇ ਇਹਨਾਂ ਸਕੀਮਾਂ ਦੇ ਤਹਿਤ ਘਰ ਲਿਆ ਹੋਵੇ। ਇਹ ਸੱਚਮੁੱਚ ਉਹਦੀ ਮਦਦ ਕਰਨਾ ਚਾਹੁੰਦੇ ਆ, ਜਾਂ ਉਹ ਫਾਰਮੂਲਾ BC ਦੇ ਵਿੱਚ ਹੀ ਨਹੀਂ ਲੱਗਦਾ, ਐਡਮਿੰਟਨ ਕੈਲਗਰੀ ਜਾਂ ਉੱਧਰ ਕਿਤੇ ਐਪਲੀਕੇਬਲ ਹੁੰਦਾ। ਇਹ ਮਾਰਕੀਟ ਤਾਂ ਉਹ ਮਾਰਕੀਟ, ਜੇ ਸਾਂਝਾ ਹੀ ਇੱਕ ਫੈਸਲਾ ਲੈ ਲਿਆ ਜਾਂਦਾ ਤਾਂ ਉਹਦੇ 'ਚ ਕਿੱਦਾਂ ਫਸਟ ਟਾਈਮ ਹੋਮ ਬਾਇਰ ਕੰਪੀਟ ਕਰਦਾ ਫਿਰ ਇੱਥੇ ਦਾ? ਉਹ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਸੀਗੀਆਂ ਜੀ, ਐਜ਼ ਏ ਰਿਐਲਟਰ ਜਾਂ ਐਜ਼ ਏ ਪੱਤਰਕਾਰ ਜਾਂ ਜਿਹੜੇ ਮੇਰੇ ਯਾਰ ਦੋਸਤ ਆ ਜਾਂ ਜਾਣ ਪਛਾਣ ਆ, ਮੈਨੂੰ ਇੱਕ ਵੀ ਬੰਦਾ ਨਹੀਂ ਮਿਲਿਆ ਜਿਹਨੇ ਉਸ ਸਕੀਮ ਦੇ ਵਿੱਚ ਘਰ ਲਿਆ ਹੋਵੇ, ਕਿਉਂਕਿ ਉਹ ਟੇਢੀ ਇੰਨੀ ਹੈ ਕਿ ਉਹਦੇ ਵਿੱਚ ਕੁਆਲੀਫਾਈ ਨਹੀਂ ਬੰਦੇ ਹੋ ਰਹੇ। ਪਰ ਲੱਗਦਾ ਤਾਂ ਬੜਾ ਸਿੱਧਾ ਵੀ ਸਰਕਾਰ ਅੱਧੇ ਪੈਸੇ ਤੁਹਾਨੂੰ ਡਾਊਨ ਪੇਮੈਂਟ 'ਚ ਦੇ ਉਹਦੇ ਵਿੱਚ ਨਾਲ ਸ਼ਰਤਾਂ ਵੀ ਹੈ ਵੀ ਤੁਸੀਂ ਤੁਹਾਡੀ ਇਨਕਮ ਜਿਹੜੀ 1,20,000 ਤੱਕ ਹੋਣੀ ਚਾਹੀਦੀ, ਦੋ ਉੱਪਰ ਨਹੀਂ ਹੋਣੀ ਚਾਹੀਦੀ, ਅਤੇ ਤੁਸੀਂ ਇੰਨੇ ਕੁ ਤੱਕ ਜਿਹੜਾ ਘਰ ਲੈ ਸਕਦੇ ਹਾਂ। ਜਿਵੇਂ BC ਵਿੱਚ ਤਾਂ ਉਨੇ ਤਾਂ ਘਰੇ ਨਹੀਂ ਹੁੰਦਾ ਜਿੰਨੇ ਦੇ ਵਿੱਚ ਉਹ ਕਹਿ ਰਹੇ ਆ ਘਰ ਲੈਣ ਨੂੰ। ਸੋ ਇਸ ਕਰਕੇ ਬਹੁਤੇ ਲੋਕ ਜਿਹੜੇ ਆ ਕੁਆਲੀਫਾਈ ਉਹ ਨਹੀਂ ਕਰ ਰਹੇ ਹੈਗੇ ਜੀ ਉਸ ਵਿੱਚ। ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਇਹ ਵੀ ਦੇਖਣਾ ਕਿ ਅਸੀਂ ਕੋਈ ਵੀ ਫੈਸਲਾ ਕਰਦੇ ਹਾਂ, ਫੋਰ ਐਗਜ਼ਾਂਪਲ ਤੁਸੀਂ ਉਬਰ ਦਾ ਟੈਕਸੀ ਦਾ ਹੀ ਕਰ ਲਓ, ਹਜੇ ਤੱਕ ਜਿਹੜੀ ਉਬਰ ਲਾਗੂ ਨਹੀਂ ਹੋਈ ਸਰਕਾਰ ਕੋਲ, ਹਜੇ ਤੱਕ ਵੀ ਉਹਨਾਂ ਦੇ ਵਿੱਚ ਕਹਿ ਲਓ ਵੀ ਇੱਕ ਦੁਬਧਾ ਬਣੀ ਹੋਈ ਆ ਵੀ ਜੇ ਅਸੀਂ ਉਬਰ ਚਲਾ ਦਿੱਤੀ ਕਿੰਨੀਆਂ ਵੋਟਾਂ ਟੁੱਟਣਗੀਆਂ, ਅਤੇ ਜੇ ਟੈਕਸੀ ਵਾਲੇ ਅਸੀਂ ਨਿਰਾਸ਼ ਕਰਤੇ ਨਮੋਸ਼ ਕਰਤੇ ਉਹਨਾਂ ਦਾ ਨਾਲ ਕਿੰਨੀਆਂ ਵੋਟਾਂ ਟੁੱਟਣਗੀਆਂ। ਉਹਦੇ ਕਰਕੇ ਹਾਲੇ ਉਸੇ ਖਿੱਦੋ ਕੁੰਡੀ ਦੀ ਖੇਲ ਜਿਹੜੀ ਆ ਉਹ 1.5 ਸਾਲ ਹੋ ਗਿਆ ਚੱਲਦਿਆਂ ਨੂੰ। ਇਸੇ ਕਾਰਨ ਜਿਵੇਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਪੰਜਾਬੀ ਕਮਿਊਨਿਟੀ ਜਾਂ ਜਿਹੜੀ ਬਾਕੀ ਕਮਿਊਨਿਟੀ ਉਹਦਾ ਵੱਡਾ ਹਿੱਸਾ ਜਿਹੜਾ ਉਹ ਟ੍ਰੇਡਸਮੈਨ ਆ, BC ਦੀ ਜਿਹੜੀ ਆ ਉਹ ਕੰਸਟਰਕਸ਼ਨ ਇੰਡਸਟਰੀ 'ਚ ਕੰਮ ਕਰਦਾ ਆ। ਕੀ ਘਰਾਂ ਦੀ ਮਾਰਕੀਟ ਨੂੰ ਠੰਡਾ ਕਰਨਾ ਜਾਂ ਉਹਨੂੰ ਰੋਕਣ ਦੇ ਨਾਲ ਉਹ ਲੋਕ ਉਹਨਾਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਪੈ ਜਾਣਗੀਆਂ ਸਰਕਾਰ ਨੂੰ, ਸਰਕਾਰ ਉਹ ਵੀ ਦੇਖਦੀ ਆ। ਸੋ ਜਿਹੜੇ ਬਹੁਤੇ ਫੈਸਲੇ ਸਰਕਾਰਾਂ ਕਰਦੀਆਂ ਉਹ ਆਪਣੇ ਵੋਟ ਬੈਂਕ ਨੂੰ ਦੇਖ ਕੇ ਕਰਦੀਆਂ, ਨਾ ਕਿ ਤੁਹਾਡੀ ਮੇਰੀ ਜੇਬ ਨੂੰ ਦੇਖ ਕੇ ਕਰਦੀਆਂ। ਜਿਹੜੀ ਪਿਛਲੇ  3 ਹਫ਼ਤੇ ਦੀ ਐਕਟੀਵਿਟੀ ਆ ਜਿਹਦੇ ਵਿੱਚ ਦੱਸਦੇ ਕਿ ਬਹੁਤ ਜ਼ਿਆਦਾ ਜਾਂ 2-2.5 ਮਹੀਨੇ ਦੇ ਵਿੱਚ ਮਾਰਕੀਟ ਦੇ ਵਿੱਚ ਕੁਛ ਗਰਮੀ ਸ਼ੁਰੂ ਹੋਈ ਆ, ਸਧਾਰਨ ਬੰਦਾ ਮਤਲਬ ਆਪਣੀ ਸਾਰੀ ਗੱਲਬਾਤ ਦੇ ਨਿਚੋੜ ਤੋਂ ਬਾਅਦ ਜਾਣਨਾ ਚਾਹੁੰਦਾ ਵੀ ਮੈਂ ਕੀ ਕਰਾਂ, ਘਰ ਵੇਚਣ ਵਾਲਾ ਹੁਣ ਵੇਚ ਦੇਵੇ ਜਿਹੜਾ ਵੇਚਣਾ ਚਾਹੁੰਦਾ ਜਾਂ ਖਰੀਦਣ ਵਾਲੇ ਲਈ ਹੁਣ ਸਹੀ ਟਾਈਮ? ਮੇਰੇ ਹਿਸਾਬ ਨਾਲ ਤਾਂ ਜਿਹਨੇ ਵੇਚਣਾ ਹੈਗਾ ਜੀ ਪਹਿਲਾਂ ਤਾਂ ਉਹ ਇਹ ਦੇਖੇ ਵੀ ਜਿਹੜਾ ਮੈਂ ਗਾਂਹ ਕਰ ਲੈਣਾ ਮੈਂ ਉਹਦੇ ਲਈ ਕੁਆਲੀਫਾਈ ਕਰਦਾ। ਸੋ ਜੇ ਤਾਂ ਉਹ ਕੁਆਲੀਫਾਈ ਕਰਦਾ ਆ, ਬ੍ਰੋਕਰ ਜਿਹੜੇ ਉਹਨਾਂ ਕੋਲ ਟਾਈਮ ਹੈਗਾ, ਬੈਂਕਸ ਕੋਲ ਟਾਈਮ ਹੈਗਾ, ਤੁਸੀਂ ਜਾ ਕੇ ਆਪਣੀ ਵੈਲਿਊਏਸ਼ਨ ਕਰਾਓ ਵੀ ਤੁਸੀਂ ਦੇਖੋ ਕਿ ਮੇਰਾ ਘਰ ਪਤਾ ਹੁੰਦਾ ਬੰਦੇ ਨੂੰ, ਮੇਰਾ ਘਰ 9 ਦਾ ਆ, 9.5 ਦਾ, 1,000,000 ਦਾ ਆ, ਉਸ ਤੋਂ ਬਾਅਦ ਮੈਂ ਨੈਕਸਟ ਜਿਹੜਾ ਜੰਪ ਮਾਰਨਾ ਉਹ 13 ਦਾ ਜਾਂ 15 ਦਾ ਲੈਣਾ, ਵੀ ਮੇਰੀਆਂ ਰਿਕੁਆਇਰਮੈਂਟਸ ਕੀ ਹੈ ਅਤੇ ਮੈਂ ਇਨਕਮ ਕਿੰਨੀ ਵਧਾ ਸਕਦਾ ਹਾਂ। ਕਿਉਂਕਿ ਹੁਣ ਟਾਈਮ ਬੜਾ ਕਰੂਸ਼ਲ ਆ, ਜਨਵਰੀ ਮਹੀਨਾ ਆ, ਅਪ੍ਰੈਲ ਤੱਕ ਜਿਹੜੇ ਆ ਟੈਕਸ ਦੇ ਪੇਪਰ ਭਰੇ ਜਾਣੇ ਆ, ਕਈ ਸੈਲਫ ਇੰਪਲੋਇਡ ਜਿਹੜੇ ਆ ਉਹਨਾਂ ਦੇ ਹੱਥ ਵਿੱਚ ਹੁੰਦਾ
ਕਿ ਮੈਂ ਹੁਣ ਆਪਣੀ ਟੈਕਸ ਜਿਹੜੀ ਆ ਕਿੰਨਾ ਐਤਕੀ ਇਨਕਮ ਕਿੰਨੀ ਦਿਖਾਉਣੀ ਆ। ਸੋ ਜੇ ਉਹ ਬੈਂਕ ਕੋਲ ਹੁਣ ਚਲੇ ਜਾਣਗੇ, ਸੋ ਬੈਂਕ ਦੱਸ ਸਕਦੀ ਉਹਨਾਂ ਨੂੰ ਕਿ ਜੇ ਤੁਹਾਡੀ ਇੰਨੀ ਇਨਕਮ ਹੋਵੇ ਪਰਿਵਾਰ ਦੀ, ਤੁਸੀਂ ਇੰਨੇ ਕੁ ਤੱਕ ਵਾਲਾ ਘਰ ਲੈ ਸਕਦੇ ਆ। ਸੋ ਉਹਨਾਂ ਲਈ ਇਹ ਫਾਇਦਾ ਹੈਗਾ ਵੈਲੂਏਸ਼ਨ ਕਰਨ ਦਾ। ਪਹਿਲਾਂ ਵੈਲੂਏਸ਼ਨ ਕਰ ਲਓ ਕਿ ਜਿਹੜੀ ਤੁਸੀਂ ਅਗਲਾ ਜੰਪ ਮਾਰਨਾ ਆ ਕਿ ਉਹ ਤੁਸੀਂ ਮਾਰ ਕੇ ਪਾਰ ਲੱਗ ਵੀ ਜਾਓਗੇ, ਫਿਰ ਆਪਣਾ ਘਰ ਜਿਹੜਾ ਵੇਚੋ। ਬਹੁਤ ਸਾਰੇ ਲੋਕ ਰੀਅਲਟਰਾਂ ਦੇ ਮਗਰ ਲੱਗ ਕੇ ਫਸੇ ਆ ਇਸ ਗੱਲ ਦੇ ਵਿੱਚ, ਸੋਰੀ ਟੂ ਸੇ, ਕਿ ਉਹਨਾਂ ਨੇ ਘਰ ਵੇਚ ਦਿੱਤਾ ਆਪਣਾ ਪਹਿਲਾਂ, ਅਤੇ ਮੁੜ ਕੇ ਜਿਹੜਾ ਮੋਹਰਾ ਮੋਹਰਲਾ ਘਰ ਸੀਗਾ ਉਹਨਾਂ ਨੂੰ ਬਹੁਤ ਮਹਿੰਗਾ ਮਿਲਿਆ, ਜਾਂ ਉਹ ਜਿਹੜਾ ਇੰਟਰਸਟ ਰੇਟ ਸੀਗਾ ਉਹ ਬਹੁਤ ਉਹਨਾਂ ਨੂੰ ਪੇ ਕਰਨਾ ਪਿਆ, ਪ੍ਰਾਈਵੇਟ ਮੋਰਗੇਜ ਲੈਣੀ ਪਈ। ਉਹ ਜਿਹੜੀ ਗੱਲ ਹੈ ਉਹਦੀ ਮੈਂ ਨਹੀਂ ਕਦੀ ਵੀ ਕਹੂੰਗਾ ਕਿ ਤੁਸੀਂ ਇੱਦਾਂ ਕਰੋ ਕਿ ਪਹਿਲਾਂ ਛਾਲ ਮਾਰ ਦਿਓ ਫਿਰ ਗਾਂਹ ਹੱਥ ਪਾਓ, ਪਹਿਲਾਂ ਅਗਲਾ ਹੱਥ ਪਾ ਲਓ, ਉਦੋਂ ਬਾਅਦ ਫਿਰ ਆਪਣਾ ਜਿਹੜਾ ਘਰ ਆ ਉਹ ਵੇਚ ਲਓ। ਜਿਹੜੇ ਫਸਟ ਟਾਈਮ ਬਾਹਰ ਆ ਉਹਨਾਂ ਦੇ ਉੱਤੇ ਵੀ ਇਹੀ ਗੱਲ ਲਾਗੂ ਹੁੰਦੀ ਆ ਕਿ ਉਹ ਆਪਣੀ ਪ੍ਰੀ ਅਪਰੂਵਲ ਕਰਵਾਉਣ ਮੋਰਗੇਜ ਦੀ, ਅਤੇ ਜੇ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਦੀ ਪ੍ਰੀ ਅਪਰੂਵ ਹੋ ਗਈ ਆ, ਫਿਰ ਉਹ ਦੇਖਣ ਪ੍ਰੀ ਅਪਰੂਵਲ ਦੇ ਵਿੱਚ ਕਿ ਮੇਰੀ ਕਿਸ਼ਤ ਕਿੰਨੀ ਬਣਦੀ ਆ, ਜਿੰਨੀ ਉਹਨਾਂ ਦੀ ਕਿਸ਼ਤ ਬਣਦੀ ਆ ਉਹਦੇ ਵਿੱਚੋਂ ਪ੍ਰਿੰਸੀਪਲ ਕਿੰਨਾ ਲੈਂਦਾ, ਅਤੇ ਵਿਆਜ ਇੰਟਰਸਟ ਜਿਹੜਾ ਕਿੰਨਾ ਲੈਂਦਾ, ਅਤੇ ਕੀ ਉਹ ਜਿਹੜਾ ਇੰਟਰਸਟ ਲੈਂਦਾ ਆ ਅਤੇ ਜਿੰਨਾ ਮੈਂ ਬੇਸਮੈਂਟ ਦਾ ਕਿਰਾਇਆ ਦਿੰਦਾ ਆ ਉਹ ਆਲਮੋਸਟ ਕਲੋਜ਼ ਹੈਗਾ ਆ, ਤਾਂ ਤਾਂ ਫਿਰ ਉਹਦੀ ਇਨਕਮ ਨੂੰ ਕੋਈ ਫਰਕ ਨਹੀਂ ਪੈਣਾ, ਅਤੇ ਉਸ ਹਿਸਾਬ ਦੇ ਨਾਲ ਵੀ ਉਹ ਆਪਣਾ ਫੈਸਲਾ ਲੈ ਸਕਦੇ ਆ। ਹਰੇਕ ਬੰਦੇ ਦੀ ਆਪੋ ਆਪਣੀ ਸਮਰੱਥਾ ਆ, ਆਪੋ ਆਪਣੀ ਜਿਹੜੀ ਆ ਉਹਦੀ ਜੇਬ ਹੈਗੀ ਆ, ਉਹਦੇ ਹਿਸਾਬ ਦੇ ਨਾਲ ਹੈਗਾ। ਇਹ ਕੋਈ ਬੈਂਕ ਬਲੈਂਕਟ ਸਟੇਟਮੈਂਟ ਨਹੀਂ ਦਿੱਤੀ ਜਾ ਸਕਦੀ ਕਿ ਹਾਂਜੀ ਭਾਅ ਜੀ ਵੀ ਹੁਣ ਦਬਦਬ ਸਾਰੇ ਜਣੇ ਘਰ ਲੈ ਲਓ। ਆਪੋ ਆਪਣੀ ਚਾਦਰ ਦੇ ਕੇ ਜਿੰਨੀ ਕੁ ਇਜਾਜ਼ਤ ਦਿੰਦੀ ਉਨੇ ਕੁ ਪੈਰ ਪਸਾਰੋ, ਫਿਰ ਕੋਈ ਪ੍ਰੋਬਲਮ ਨਹੀਂ। ਬਹੁ ਗਿਣਤੀ ਜਿਹੜੀ ਪਹਿਲੀ ਵਾਰੀ ਘਰ ਲੈਣ ਵਾਲੀ, ਉਹਨਾਂ ਦੀ ਇੱਕ ਸਮੱਸਿਆ ਆ ਕਿ ਉਹ ਬੇਸਮੈਂਟ 'ਚੋਂ ਨਿਕਲਣਾ ਚਾਹੁੰਦੇ ਆ, ਅੱਗੇ ਜਿਹੜਾ ਇੱਕ ਡਿਟੈਚ ਹੋਮ ਆ ਉਹਨੂੰ ਹੱਥ ਨਹੀਂ ਪੈ ਰਿਹਾ। ਕੁਛ ਲੋਕ ਸਲਾਹ ਦਿੰਦੇ ਆ ਵੀ ਟਾਊਨ ਹਾਊਸ 'ਚ ਚਲੇ ਜਾਓ, ਇੱਕ ਸਟੈਪ ਇਹ ਆ, ਉੱਥੇ ਚਲੇ ਜਾਓ, 5-6 ਲੱਖ ਦਾ 7 ਜਿੰਨੇ ਦਾ ਵੀ ਮਿਲਦਾ ਤੁਹਾਨੂੰ ਉਹ ਲੈ ਲਓ, ਅਤੇ ਉਹਦੇ 'ਚ ਰਹਿਣਾ ਸ਼ੁਰੂ ਕਰ ਦਿਓ, ਮੁੜ ਕੇ ਫਿਰ ਘਰ 'ਚ ਚਲੇ ਜਾਓ। ਕੁਛ ਲੋਕ ਸਲਾਹ ਦਿੰਦੇ ਟਾਊਨ ਹਾਊਸ ਦਾ ਕੁਛ ਨਹੀਂ ਬਣਨਾ, ਇਹਦਾ ਨਾ ਕੁਛ ਵਧਣਾ, ਨਾ ਬੇਸਮੈਂਟ ਆ, ਉਹਦੀ ਮੋਰਗੇਜ ਵੀ ਔਖੀ ਹੁੰਦੀ ਆ, ਰੁਕ ਜਾਓ ਘਰ ਲੈ ਲਓ। ਉਹਨਾਂ ਨੂੰ ਕੀ ਸਲਾਹ ਆ? ਮੇਰੀ ਜਿਹੜੀ ਪਰਸਨਲ ਸਲਾਹ ਆ ਉਹ ਇਹ ਆ ਕਿ ਜਿੰਨੀ ਛੇਤੀ ਤੁਸੀਂ ਮਾਲਕ ਬਣ ਸਕਦੇ ਆ ਬਣ ਜਾਓ, ਕਿਸੇ ਚੀਜ਼ ਦੇ ਬਣ ਜਾਓ। ਅੱਛਾ, ਜਿਹੜਾ ਤੁਸੀਂ ਰੈਂਟਲ ਜਿਹੜਾ ਪੈਸੇ ਵੇਸਟ ਕਰ ਰਹੇ ਆ ਉਹਦੇ ਨਾਲੋਂ ਤੁਸੀਂ ਬੇਸ਼ੱਕ ਜੇ ਟਾਊਨ ਹਾਊਸ ਨਹੀਂ ਅਫੋਰਡ ਕਰਦੇ ਬੇਸ਼ੱਕ ਕੌਂਡੋ ਲੈ ਲਓ, ਠੀਕ ਹੈ, ਉਨ੍ਹਾਂ ਚਿਰ ਵਾਸਤੇ ਘੱਟੋ ਘੱਟ ਤੁਹਾਡੀ ਇੱਕ ਜਿਹੜੀ ਮਾਲਕੀ ਵਾਲੀ ਫੀਲਿੰਗ ਹੈਗੀ ਆ ਉਹ ਤੁਹਾਨੂੰ ਜ਼ਰੂਰ ਆਉਣ ਲੱਗੇ, ਮਾਰਕੀਟ ਵਿੱਚ ਆ ਗਿਆ ਇੱਕ ਵੱਖਰਾ ਅਹਿਸਾਸ ਜਿਹੜਾ ਹੈਗਾ। ਤੁਸੀਂ ਬਹੁਤ ਸਾਰੀਆਂ ਬੰਦਸ਼ਾਂ ਹੁੰਦੀਆਂ ਜਿਹੜੀਆਂ ਬੇਸਮੈਂਟ ਵਾਲਿਆਂ ਦੇ ਉੱਤੇ ਜਾਣੇ ਨਜਾਣੇ ਜਿਹੜੀਆਂ ਬੋਦਰ ਕਰਦੀਆਂ, ਸੋ ਤੁਸੀਂ ਉਹਦੇ ਵਿੱਚੋਂ ਨਿਕਲ ਜਾਂਦੇ ਆ। ਦੂਜੀ ਗੱਲ ਹੈਗੀ ਆ ਕਿ ਤੁਹਾਡੇ ਕੁਛ ਨਾ ਕੁਛ ਪੈਸੇ ਜਿਹੜੇ ਉਤਰਨ ਲੱਗ ਪੈਂਦੇ ਆ, ਤੁਹਾਨੂੰ ਗੇਮ ਜਿਹੜੀ ਉਹ ਸਮਝਣ ਲੱਗ ਪੈਂਦੀ ਹੈ ਜੀ। ਬਾਕੀ ਜਿਵੇਂ ਕਿ ਤੁਸੀਂ ਪਹਿਲਾਂ ਜਿਹੜਾ ਮਰਜ਼ੀ ਚਾਰਟ ਚੱਕ ਕੇ ਦੇਖ ਲਓ, ਤੁਸੀਂ 1900 ਸਾਲ ਤੋਂ ਦੇਖ ਲਓ, 1800 ਸਾਲ ਤੋਂ ਦੇਖ ਲਓ, 1950 ਤੋਂ ਦੇਖ ਲਓ, 1990 ਤੋਂ ਦੇਖ ਲਓ, ਜਿਹੜਾ ਚਾਰਟ ਹੈਗਾ ਉਹ ਕਦੀ ਵੀ ਇੱਦਾਂ ਨਹੀਂ ਜਾਂਦਾ ਹੈਗਾ, ਉਹਨੇ ਇੱਦਾਂ 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 ਪਰ ਅਲਟੀਮੇਟਲੀ ਆ ਪਿਆ। ਸੋ ਤੁਸੀਂ ਚਾਹੇ ਕੌਂਡੋ ਲੈ ਲਿਆ, ਚਾਹੇ ਟਾਊਨ ਹਾਊਸ ਲੈ ਲਿਆ, ਚਾਹੇ ਘਰ ਲੈ ਲਿਆ, ਉਹਨੇ 10 ਸਾਲਾਂ ਦੇ ਵਿੱਚ ਜਿੰਨੇ ਦਾ ਤੁਸੀਂ ਲਿਆ ਉਦੋਂ ਵਧਿਆ ਹੋਣਾ ਆ ਘੱਟੋ ਘੱਟ, ਇਹ ਮਾਰਕੀਟ ਦਾ ਪਿਛਲਾ ਰਿਕਾਰਡ ਜਿਹੜਾ ਦੱਸਦਾ। ਅਨਲੈਸ ਕੋਈ ਵਰਲਡ ਵਾਰ ਲੱਗ ਜਾਵੇ ਜਾਂ ਕੋਈ ਹਵੀ ਨਵੀਂ ਕੋਈ ਇਹੋ ਜਿਹੀ ਹੋ ਜਾਵੇ ਜਿਹੜੀ ਕਿਸੇ ਨੇ 81 ਨਾਲ ਉਹ ਡਿਫਰੈਂਟ ਕਰ ਲਿਆ, ਪਰ ਇਹ ਵਰਲਡ ਦੇ ਵਿੱਚ ਇੱਦਾਂ ਹੈ ਕਿ ਮਾਰਕੀਟ ਜਿਹੜੀ ਆ ਉਹ ਇੱਦਾਂ ਰਿਹਾਇਸ਼ੀ ਇਲਾਕਿਆਂ ਦੀ ਗਈ ਆ। ਸੋ ਜੇ ਉਹਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਬਿਲਕੁਲ ਤੁਹਾਨੂੰ ਰਿਸਕ ਲੈਣਾ ਚਾਹੀਦਾ ਹੈ। ਇੱਕ ਆਖਰੀ ਸਵਾਲ, ਕਈ ਲੋਕ ਜਿਹੜਾ ਸਾਡਾ ਆਮ ਤੌਰ 'ਤੇ ਹੈਗਾ ਰੁਝਾਨ ਕਿ ਘਰ ਲਾਓ ਬੇਸਮੈਂਟ ਵਾਲਾ, ਬੇਸਮੈਂਟ ਦਾ ਮਤਲਬ ਦਾ 1-1.5 ਲੱਖ ਦਾ ਕਹਿੰਦੇ ਫਰਕ ਵੀ ਹੈਗਾ ਜੇ ਬੇਸਮੈਂਟ ਤੋਂ ਬਿਨਾਂ ਤੁਸੀਂ ਘਰ ਲੈਂਦੇ ਹੋ, ਕਿਉਂਕਿ ਹੁਣ ਲੋਕ ਜਿਹੜੇ ਕੁਆਲੀਫਾਈ ਨਹੀਂ ਕਰ ਰਹੇ ਉੱਧਰ ਨੂੰ ਵੀ ਦੇਖਣਾ ਸ਼ੁਰੂ ਕਰਤਾ ਵੀ ਬੇਸਮੈਂਟ ਤੋਂ ਬਿਨਾਂ ਹੀ ਹੋਵੇ। ਕੁਛ ਲੋਕ ਕਹਿੰਦੇ ਆ ਵੀ ਜੇ ਬੇਸਮੈਂਟ ਵਾਲਾ ਘਰ ਲੈਂਦੇ ਹਾਂ ਉਹਨਾਂ ਕੋਲ ਮਹਿੰਗਾ ਆ, ਜਿੰਨਾ ਕੁ ਉਹਦਾ ਮੰਨ ਲਓ $1,00,000 ਜਾਂ $1.5 ਲੱਖ ਮਹਿੰਗਾ ਆ ਜਿਹਦੇ ਵਿੱਚ ਬੇਸਮੈਂਟ ਹੈਗੀ ਆ, ਜੇ ਉਹਦਾ $1,000 ਆਈ ਵੀ ਜਾਂਦਾ ਤਾਂ ਉਹ ਕਿੰਨੇ ਚਿਰ 'ਚ ਜਿਹੜਾ ਉਹ ਤੁਹਾਡੇ ਸਿਰ 'ਤੇ $1.5 ਲੱਖ ਜਿਹਦਾ ਤੁਸੀਂ ਕਿਸ਼ਤ ਦੇ ਰਹੇ ਹਾਂ ਉਹ ਲਊਗਾ? ਕੁਛ ਲੋਕ ਕਹਿੰਦੇ ਵੀ ਨਹੀਂ ਇਹ ਗੱਲ ਗਲਤ ਆ, ਕੋਸ਼ਿਸ਼ ਕਰੋ ਬੇਸਮੈਂਟ ਵਾਲਾ ਲੈ ਲਓ। ਕੀ ਸਲਾਹ ਆ ਜੀ? ਜਿਹੜਾ ਬੇਸਮੈਂਟ ਵਾਲਾ ਘਰ ਆ ਅਤੇ ਬਿਨਾਂ ਬੇਸਮੈਂਟ ਵਾਲਾ ਘਰ ਆ ਉਹਦੀ ਪ੍ਰਾਈਸ ਵਿੱਚ $1-1.5 ਲੱਖ ਦਾ ਫਰਕ ਨਹੀਂ ਹੈਗਾ, ਉਹ ਥੋੜ੍ਹਾ ਆ ਫਰਕ, $50,000-60,000 ਦਾ ਫਰਕ ਆ ਉਹਦੀ ਘਰ ਦੀ ਹਾਲਤ ਦੇ ਮੁਤਾਬਕ। ਅੱਛਾ ਜੀ। ਜਿਵੇਂ ਕਿ ਮੰਨ ਲਓ ਵੀ ਇੱਕ ਬਹੁਤ ਮਾੜੀ ਹਾਲਤ ਵਾਲਾ ਘਰ ਆ ਉਹ 'ਚ ਬੇਸਮੈਂਟ ਹੈ ਨਹੀਂ, ਅਤੇ ਇੱਕ ਬਹੁਤ ਮਾੜੀ ਹਾਲਤ ਵਾਲਾ ਘਰ ਆ ਉਹਦੇ 'ਚ ਬੇਸਮੈਂਟ ਹੈਗੀ ਆ, ਉਹ $50,000 ਦਾ ਫਰਕ ਇਹ ਹੋਣਾ। ਓਕੇ। ਇਸੇ ਤਰ੍ਹਾਂ ਇੱਕ ਬਹੁਤ ਚੰਗੀ ਹਾਲਤ ਵਾਲਾ ਘਰ ਆ ਉਹ 'ਚ ਬੇਸਮੈਂਟ ਹੈ ਨਹੀਂ, ਇੱਕ ਬਹੁਤ ਵਧੀਆ ਹਾਲਤ ਵਾਲਾ ਘਰ ਆ ਉਹ 'ਚ ਬੇਸਮੈਂਟ ਹੈਗੀ ਆ, ਉਹਦੇ ਵਿੱਚ ਵੀ $50,000-60,000 ਦਾ ਫਰਕ ਹੈਗਾ ਆ। ਪਰ ਜਿਹੜਾ ਰੈਂਟ ਹੈਗਾ ਇਸ ਵੇਲੇ ਐਵਰੇਜ ਉਹ $1,200-1,400 ਹੋਇਆ ਹੋਇਆ, ਅਤੇ $1,200-1,400 ਜਿਹੜਾ ਤੁਹਾਡੀ $3 ਲੱਖ ਦੀ ਮੋਰਗੇਜ ਚੱਕਦਾ ਤਕਰੀਬਨ 2.5-3 ਲੱਖ ਦੀ। ਸੋ ਉਹਦੇ ਨਾਲ ਕੀ ਆ, ਤੁਸੀਂ ਕੁਆਲੀਫਾਈ ਸੌਖੇ ਹੋ ਜਾਂਦੇ ਆ, ਮੋਰਗੇਜ ਲੈਣ ਵਿੱਚ ਸੌਖ ਹੁੰਦੀ ਆ, ਇਸ ਕਰਕੇ ਬੇਸਮੈਂਟ ਵਾਲੇ ਘਰ ਨੂੰ ਲੋਕ ਪ੍ਰੈਫਰ ਕਰ ਰਹੇ ਆ। ਵਰਨਾ ਚਾਹੁੰਦੇ ਲੋਕ ਸਾਰੇ ਇਹ ਆ ਕਿ ਮੈਨੂੰ ਕੋਈ ਬੰਦਸ਼ ਨਾ ਹੋਵੇ ਬੇਸਮੈਂਟ ਦੀ, ਮੈਨੂੰ ਟੈਨਸ਼ਨ ਨਾ ਹੋਵੇ, ਪਰ ਗੱਲ ਕੀ ਆ ਮਜਬੂਰੀ ਵਸ ਜਿਹੜੀ ਆ ਲੈਣੀ ਪੈਂਦੀ ਆ, ਕਿਉਂਕਿ ਅਦਰਵਾਈਜ਼ ਤੁਸੀਂ ਬੇਸਮੈਂਟ ਤੋਂ ਬਿਨਾਂ ਬਹੁਤੇ ਲੋਕ ਕੁਆਲੀਫਾਈ ਨਹੀਂ ਹੋ ਰਹੇ।
ਆਖਰੀ ਸਵਾਲ, ਜਿਹੜਾ ਬੈਂਕ ਮੌਰਗੇਜ ਨਹੀਂ ਦੇ ਰਹੇ, ਸਟ੍ਰੈਸ ਟੈਸਟ ਦੇ ਵਿੱਚ ਬੰਦਾ ਫਸ ਗਿਆ, ਪ੍ਰਾਈਵੇਟ ਮੌਰਗੇਜ ਲੈ ਲੈਣੀ ਚਾਹੀਦੀ ਹੈ ਜਾਂ ਕਿੰਨਾ ਕੁ ਫਰਕ ਹੁੰਦਾ? ਤੁਹਾਡੀ ਪ੍ਰਾਈਵੇਟ ਮੌਰਗੇਜ 'ਤੇ ਡਿਪੈਂਡ ਕਰਦਾ ਜੀ ਵੀ ਤੁਸੀਂ, ਇੱਕ ਤਾਂ ਬੀ ਲੈਂਡਰਸ ਹੁੰਦੇ ਆ ਉਹ ਤਾਂ ਜਿੱਦਾਂ ਬੈਂਕਾਂ ਦੇ ਨਾਲੋਂ ਇੱਕ ਅੱਧਾ ਪਰਸੈਂਟੇਜ ਜ਼ਿਆਦਾ ਹੁੰਦੇ ਆ, ਇੱਕ ਟੋਟਲੀ ਪ੍ਰਾਈਵੇਟ ਮੌਰਗੇਜ ਹੁੰਦੀ ਉਹ 8-10%, 12% ਤੱਕ ਵੀ ਚਾਰਜ ਕਰਦੇ ਆ, ਪਲੱਸ 1% ਤੋਂ ਲੈ ਕੇ 5-5% ਤੱਕ ਫੀਸ ਵੀ ਜਿਹੜੀ ਚਾਰਜ ਕਰਦੇ ਆ, ਮੌਰਗੇਜ ਵੀ ਸਾਲ ਦੀ ਦਿੰਦੇ ਆ, ਉਹ ਤਾਂ ਬਹੁਤ ਜ਼ਿਆਦਾ ਆ ਮੇਰੇ ਹਿਸਾਬ ਦੇ ਨਾਲ, ਉਹ ਤਾਂ ਨਹੀਂ ਲੈਣਾ ਚਾਹੀਦਾ। ਪਰ ਤੁਸੀਂ ਆਪਣੀ ਜੇਬ ਦੇਖੋ, ਤੁਹਾਡੀ ਕਮਾਈ ਕਿੰਨੀ ਆ। ਤੁਸੀਂ ਜਿਹਨੂੰ ਲੱਗਦਾ ਕਿ ਮੈਂ ਹੁਣ 3% ਦੇ ਉੱਤੇ ਮੌਰਗੇਜ ਮੈਨੂੰ ਮਿਲਦੀ ਹੈ ਬੈਂਕ 'ਚੋਂ, ਮੈਨੂੰ 3.5-4 'ਚ ਜੇ ਬੀ ਲੈਂਡਰ ਤੋਂ ਵੀ ਮਿਲ ਗਈ, ਮੇਰੀ $200 ਦੀ ਇਨਕਮ ਵਧੀ, $200 ਕਿਸ਼ਤ ਵਧੀ, ਪੇਮੈਂਟ ਵੀ ਇੰਨਾ ਕੁ ਮੈਂ ਅਫੋਰਡ ਕਰ ਸਕਦਾ, ਅਤੇ ਮੈਂ ਸਾਲ ਦੇ ਬਾਅਦ ਕ੍ਰੈਡਿਟ ਬਣਾ ਕੇ ਆਪਣਾ, ਉਦੋਂ ਬਾਅਦ ਮੈਂ ਬੈਂਕ ਦੇ ਕੋਲ ਜਾਊਂਗਾ ਅਤੇ ਬੈਂਕ ਮੈਨੂੰ ਰੀਫਾਈਨਾਂਸ ਕਰ ਦੇਊਗੀ। ਉਸ ਸਿਸਟਮ 'ਚ ਬਹੁਤ ਲੋਕਾਂ ਨੇ ਸਕਸੈਸ ਜਿਹੜੀ ਆ ਹਾਸਲ ਕੀਤੀ ਹੈ। ਸੋ ਉਹ ਤਾਂ ਹੋ ਸਕਦਾ, ਪਰ ਜੇ ਹੁਣ ਤੁਹਾਡੇ ਕੋਲ ਇੱਦਾਂ ਕਿ ਤੁਹਾਡੇ ਕੋਲ ਕਿਰਾਇਆ ਕਿਸ਼ਤ ਭਰਨ ਜੋਗੇ ਪੈਸੇ ਮਸੀ ਹੈਗੇ ਆ, ਅਤੇ ਤੁਸੀਂ $200 ਵੀ ਐਕਸਟਰਾ ਜਿਹੜਾ ਮਹੀਨੇ ਦਾ ਨਹੀਂ ਪੇ ਕਰ ਸਕਦੇ, ਫਿਰ ਤੁਹਾਨੂੰ ਨਹੀਂ ਇਹ ਜਿਹਾ ਕਰਨਾ ਚਾਹੀਦਾ। ਉਹਦੇ ਵਾਸਤੇ ਇਹ ਹੁੰਦਾ ਕਿ ਪੰਜਾਬੀ ਰਲ ਕੇ ਘਰ ਲੈ ਲੈਂਦੇ ਆ। ਈਵਨ ਜਿਹੜੇ ਪਹਿਲੀਆਂ ਦੇ ਵਿੱਚ ਅਸੀਂ ਆਏ ਹਾਂ, ਅਸੀਂ ਵੀ ਜਦੋਂ ਆਏ ਹਾਂ, ਈਵਨ ਮੈਂ ਖੁਦ, ਮੈਂ ਘਰ ਲੈ ਕੇ ਆਪ ਥੱਲੇ ਬੇਸਮੈਂਟ ਵਿੱਚ ਰਿਹਾ, ਕਿਉਂਕਿ ਛੋਟਾ ਪਰਿਵਾਰ ਸੀ, ਮੈਂ ਤਾਂ ਵਾਈਫ ਹੀ ਸੀਗੇ ਦੋਨੇ ਜਾਣੇ, ਸਾਨੂੰ 2 ਬੈਡਰੂਮ ਦੀ ਬੇਸਮੈਂਟ ਬਹੁਤ ਸੀਗੀ, ਉੱਪਰੋਂ ਮੈਂ ਘਰ ਰੈਂਟ 'ਤੇ ਦਿੱਤਾ ਹੋਇਆ ਸੀਗਾ, ਅਤੇ ਉਹ ਸੌਖੇ ਹੋ ਗਏ, ਉਹ ਸੌਖੇ ਹੋ ਗਏ, 1-2 ਸਾਲ ਇਸ ਤਰ੍ਹਾਂ ਚੱਲਿਆ, ਅਤੇ ਜਿਹੜੀ ਉੱਪਰੋਂ ਕਿਸ਼ਤ ਰੈਂਟ ਆਉਂਦਾ ਸੀਗਾ ਉਹਦੇ ਨਾਲ ਆਰਾਮ ਨਾਲ ਕਿਸ਼ਤ ਚੱਲੀ ਜਾਂਦੀ ਸੀਗੀ, ਜਿੰਨਾ ਮੈਂ ਕਿਤੇ ਬਾਹਰ ਕਰਾਇਆ ਦਿੰਦਾ ਸੀਗਾ ਉੱਨਾ ਮੈਂ ਆਪਣੀ ਬੇਸਮੈਂਟ ਦਾ ਜਿਹੜਾ ਉਹ ਦੇ ਰਿਹਾ ਸੀਗਾ। ਥੋੜ੍ਹੇ ਚਿਰ ਬਾਅਦ ਮੇਰੀ ਆਰਥਿਕ ਹਾਲਤ ਸੁਧਰੀ, ਮੈਂ ਉੱਪਰ ਮੂਵ ਹੋ ਗਿਆ। ਸੋ ਇਹਦੇ ਵਿੱਚ ਵੀ ਕੋਈ ਹਰਜ ਨਹੀਂ ਹੈਗਾ ਕਿ ਤੁਸੀਂ ਜੇ ਘਰੇ ਲੈਣਾ ਚਾਹੁੰਦੇ ਹੋ, ਸੁਪਨਾ ਹੈਗਾ ਤਾਂ ਪਹਿਲਾਂ ਛੋਟਾ ਟੱਬਰ ਆ, ਬੇਸਮੈਂਟ 'ਚ ਮੂਵ ਹੋ ਜਾਓ, ਉੱਪਰੋਂ ਘਰ ਰੈਂਟ 'ਤੇ ਕਰ ਲਓ, ਤੁਹਾਡੀ ਮੌਰਗੇਜ ਜਿਹੜੀ ਆ ਸੌਖੀ ਕੁਆਲੀਫਾਈ ਹੋ ਜਾਂਦੀ ਆ। ਤੁਸੀਂ ਜੇ ਤੁਹਾਡਾ ਕੋਈ ਯਾਰ ਦੋਸਤ ਹੈਗਾ ਆ, ਕੋਈ ਰਿਸ਼ਤੇਦਾਰ ਹੈਗਾ, ਉਹਦੇ ਨਾਲ ਰਲ ਕੇ ਸਾਂਝਾ ਲੈ ਸਕਦੇ, ਤੁਹਾਡੀ ਇਕੱਲਿਆਂ ਦੀ ਇਨਕਮ ਨਹੀਂ ਬਣਦੀ, ਤੁਸੀਂ ਉਹਨੂੰ ਕਹੋ ਕਿ ਵੀ ਤੁਸੀਂ ਬੇਸਮੈਂਟ 'ਚ ਰਹਿ ਲਿਓ ਜਾਂ ਮੈਂ ਬੇਸਮੈਂਟ 'ਚ ਰਹਿ ਲਊਂਗਾ, ਤੁਸੀਂ ਉੱਪਰ ਰਹਿ ਲਿਓ, ਅਤੇ ਇਸ ਤਰ੍ਹਾਂ ਵੀ ਲੋਕਾਂ ਨੇ ਬਹੁਤ ਸਾਰੇ ਕਰਕੇ ਸਕਸੈਸ ਹਾਸਲ ਕੀਤੀ ਆ। 2-3 ਸਾਲਾਂ ਬਾਅਦ ਅੱਡ ਹੋ ਗਏ, ਮੁੱਲ ਪਾ ਲਿਆ ਘਰ ਦਾ, ਕੀਮਤ ਵੱਧ ਗਈ, ਅੱਡ ਹੋ ਗਏ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਿੱਦਾਂ ਸਫਲ ਹੋਏ ਆ, ਪਰ ਜਿੰਨਾ ਚਿਰ ਤੁਸੀਂ ਕੋਈ ਰਿਸਕ ਨਹੀਂ ਲੈਂਦੇ, ਕੋਈ ਸਟੈਪ ਨਹੀਂ ਲੈਂਦੇ, ਤੁਸੀਂ ਕਾਮਯਾਬ ਨਹੀਂ ਹੋ ਸਕਦੇ ਇਸ ਮੁਲਕ ਦੇ ਵਿੱਚ। ਜਿਹੜੇ ਲੋਕ 20 ਸਾਲ ਪਹਿਲਾਂ ਕਹਿੰਦੇ ਸੀਗੇ ਕਿ ਲੋਕਾਂ ਨੇ ਘਰ ਛੱਡ ਛੱਡ ਕੇ ਭੱਜਣੇ ਆ, ਉਹ ਹੱਲੇ ਵੀ ਇਹੀ ਗੱਲ ਕਹਿ ਰਹੇ ਆ ਵੀ ਲੋਕਾਂ ਨੇ ਘਰ ਛੱਡ ਛੱਡ ਕੇ ਭੱਜਣੇ ਆ। ਮੈਂ ਇੱਕ ਅਜਿਹੇ ਸ਼ਖਸ ਨੂੰ ਜਾਣਦਾ ਜਿਹੜੇ ਕਿ ਬਹੁਤ ਐਕਟਿਵ ਨੇ ਇਸ ਗੱਲ ਦੇ ਵਾਸਤੇ, ਉਹ ਅਕਸਰ ਕਮੈਂਟ ਵੀ ਕਰਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਘਰ ਜਿਹੜੇ ਆ ਛੱਡ ਛੱਡ ਕੇ ਲੋਕਾਂ ਨੇ ਭੱਜਣੇ ਆ, ਜੋ ਉਹ 4.5 ਲੱਖ ਦਾ ਘਰ ਲੈਂਦੇ ਸੀਗੇ ਉਹ, ਉਦੋਂ ਵੀ ਉਹਨਾਂ ਦਾ ਆਹੀ ਬਿਆਨ ਸੀਗਾ, ਹੁਣ 8.5 ਤਾਂ ਵੀ ਉਹਨਾਂ ਕੋਲ ਲੈ ਨਹੀਂ ਹੋ ਰਿਹਾ, ਤਾਂ ਹੁਣ ਵੀ ਉਹੀ ਬਿਆਨ ਆ। ਪਰ ਉਹ ਗੱਲ ਇਹੀ ਕਿ ਜਿਹੜੀ ਨੈਗੇਟਿਵਿਟੀ ਆ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦੀ ਹੈਗੀ। ਸੋ ਇਸ ਕਰਕੇ ਤੁਹਾਨੂੰ ਪੋਜ਼ਿਟਿਵ ਹੋਣਾ ਚਾਹੀਦਾ ਆ ਜੇ ਅੱਗੇ ਵਧਣਾ, ਪਰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ। ਕਈ ਵਾਰ ਇੱਦਾਂ ਵੀ ਹੋਇਆ ਕਿ ਤੁਸੀਂ ਆਏ ਹੋਣੇ ਆ, ਤੁਹਾਡਾ ਚਾਚਾ ਜਾਂ ਮਾਮਾ ਤੁਹਾਡੇ ਤੋਂ 30 ਸਾਲ ਪਹਿਲਾਂ ਆਏ ਹੋ, ਤੁਸੀਂ ਉਹਨੂੰ ਨੀਵਾਂ ਦਿਖਾਉਣ ਲਈ ਕਿਉਂਕਿ ਮੈਂ ਇਹ ਤੋਂ ਵੱਡਾ ਘਰ ਲੈਣਾ, ਉਹ ਬੇਵਕੂਫੀ ਹੈ। ਤੁਸੀਂ ਆਪਣੀ ਇਨਕਮ ਦੇ ਹਿਸਾਬ ਨਾਲ, ਆਪਣੀ ਜਿੰਨੀ ਕਿਸ਼ਤ ਚੱਕ ਸਕਦੇ ਹਾਂ ਉਹਦੇ ਹਿਸਾਬ ਦੇ ਨਾਲ ਜੇ ਲਓਗੇ, ਤਾਂ ਇਹ ਇੱਕ ਇਹੋ ਜਿਹਾ ਸਾਧਨ ਆ ਕਿ ਜਿਹੜਾ ਤੁਹਾਨੂੰ ਇੰਨੇ ਕੁ ਪੈਸੇ ਬਣਾ ਦਿੰਦਾ ਕਿ ਹੋਰ ਕਿਸੇ ਪਾਸੋਂ ਬਣਦੇ ਨਹੀਂ। 90% ਬੰਦਿਆਂ ਨੇ ਜਿਹੜੇ ਪੈਸੇ ਆ ਉਹ ਘਰ ਦੀ ਇਕੁਇਟੀ 'ਚ ਬਣਾਏ ਆ, ਜੇ ਅੱਜ ਉਹਨਾਂ ਦੇ ਕੋਲ ਕੁਛ ਹੈਗਾ ਆ ਤਾਂ ਉਹ ਇਸੇ ਕਰਕੇ ਆ ਕਿਉਂਕਿ ਉਹਨਾਂ ਦੇ ਘਰ ਮਹਿੰਗੇ ਹੋ ਗਏ, ਅਤੇ ਜਿਹੜੀ ਉਹ ਕੰਮ ਕਰਦੇ ਸੀਗੇ ਉਹਦੇ ਨਾਲ ਤਾਂ ਉਹਨਾਂ ਦੀ ਰੋਟੀ ਜਿਹੜੀ ਉਹੀ ਚੱਲੀ ਜੀ। ਸੋ ਤਾਂ ਸਾਹਿਬ ਤੁਸੀਂ ਪ੍ਰੋਗਰਾਮ 'ਚ ਆਏ, ਸਮਾਂ ਕੱਢਿਆ ਔਰ ਬਹੁਤ ਕੰਮ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਧੰਨਵਾਦ ਜੀ, ਇੱਕ ਵਾਰੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਗੁਰਪ੍ਰੀਤ ਸਿੰਘ ਸੋਤਾ ਹੁਣਾਂ ਦੇ ਨਾਲ ਅਸੀਂ ਗੱਲਬਾਤ ਕੀਤੀ। 2004 ਤੋਂ ਇਹ ਘਰਾਂ ਦੀ ਡਿਵੈਲਪਮੈਂਟ ਦੇ ਨਾਲ ਜੁੜੇ ਨੇ, 2015 ਤੋਂ ਪ੍ਰੋਫੈਸ਼ਨਲ ਰੀਅਲਟਰ ਨੇ, ਇਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਇਹਦੇ ਬਾਰੇ ਜਿੰਨੀ ਕੁ ਮੈਨੂੰ ਲੱਗਦਾ ਕਿ ਡਿਸਕਸ਼ਨ ਆਪਾਂ ਸਾਰੇ ਕਰਦੇ ਹਾਂ ਉਹਨੂੰ ਅਸੀਂ ਰਿੜਕ ਲਿਆ, ਉਹਦਾ ਨਿਚੋੜ ਤੁਹਾਡੇ ਸਾਹਮਣੇ ਆ, ਤੁਸੀਂ ਆਪਣੇ ਅਨੁਸਾਰ ਦੇਖ ਸਕਦੇ ਹੋ। ਨਿਚੋੜ ਮੈਨੂੰ ਲੱਗਦਾ ਇਹੀ ਹੈ ਕਿ ਜਿੰਨਾ ਜਲਦੀ ਹੋ ਸਕਦਾ ਆਪਣੀ ਭਰੋਖ ਅਨੁਸਾਰ ਘਰ ਲੈ ਲੈਣਾ ਚਾਹੀਦਾ, ਜਿੱਥੇ ਕਿਤੇ ਵੀ ਐਂਟਰ ਕਰ ਸਕਦੇ ਹੋ ਉੱਥੇ ਘਰ ਲੈਣਾ ਚਾਹੀਦਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।